ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਮੀਡੀਆ ਪੰਜਾਬ ਟੀਵੀ ਦੇਖ ਰਹੇ ਸਮੂਹ ਦਰਸ਼ਕੋ, ਅਸੀਂ ਆਪ ਜੀ ਨੂੰ ਅੱਜ ਸਿੱਖ ਫੋਰ ਜਸਟਿਸ ਦੇ ਨੁਮਾਇੰਦੇ ਜੋ ਕਿ ਅਮਰੀਕਾ ਤੋਂ ਉਚੇਚਾ ਤੌਰ ਤੇ ਅੱਜ ਸਾਡੇ ਇੱਥੇ ਗੁਰਦੁਆਰਾ ਸਿੱਖ ਸੈਂਟਰ ਫਰੈਂਕਫੋਰਟ ਵਿੱਚ ਪਹੁੰਚੇ ਹਨ, ਉਹਨਾਂ ਨੂੰ ਇੱਥੇ ਆਉਣ ਤੇ ਜੀ ਆਇਆਂ ਕਹਿੰਦੇ ਹੋਏ ਆਪ ਜੀ ਦੇ ਨਾਲ ਰੂਬਰੂ ਕਰਾ ਰਹੇ ਹਨ। ਮੇਰੇ ਨਾਲ ਬੈਠੇ ਹਨ ਭਾਈ ਜਸਵੀਰ ਸਿੰਘ ਜੀ ਦਿੱਲੀ ਵਾਲੇ, ਜੋ ਕਿ 1984 ਦੇ ਕਤਲੇਆਮ ਦੇ ਚਸ਼ਮਦੀਦ ਗਵਾਹ ਹਨ, ਜੋ ਕਿ ਆਪਣੀ ਲੜਾਈ 1984 ਤੋਂ ਲੈ ਕੇ ਅੱਜ ਤੱਕ ਲੜਦੇ ਆ ਰਹੇ ਹਨ। ਅਤੇ ਇਹਨਾਂ ਦੇ ਨਾਲ ਬੈਠੇ ਹਨ ਭਾਈ ਅਵਤਾਰ ਸਿੰਘ ਜੀ ਪੰਨੂ, ਜੋ ਸਿੱਖ ਫੋਰ ਜਸਟਿਸ ਦੇ ਕਨਵੀਨਰ ਹਨ, ਅਤੇ ਨਾਲ ਹੀ ਉਹਨਾਂ ਦੇ ਭਾਈ ਸੁਖਜਿੰਦਰ ਸਿੰਘ ਜੀ ਥਾਣਾ, ਸੁਖਵਿੰਦਰ ਸਿੰਘ ਜੀ ਥਾਣਾ, ਜੋ ਕਿ ਅਮਰੀਕਾ ਤੋਂ ਸਿੱਖ ਫੋਰ ਜਸਟਿਸ ਦੇ ਨੁਮਾਇੰਦੇ ਹਨ, ਇੱਥੇ ਪਹੁੰਚੇ ਹਨ। ਅਸੀਂ ਇੱਥੇ ਉਹਨਾਂ ਨੂੰ ਜੀ ਆਇਆਂ ਕਹਿੰਦੇ ਹੋਏ ਅਤੇ ਉਹਨਾਂ ਨੂੰ ਤੋਂ ਇਹ ਪੁੱਛਾਂਗੇ ਕਿ ਜੋ ਸਿੱਖ ਫੋਰ ਜਸਟਿਸ ਵੱਲੋਂ ਬੜੇ ਹੀ ਲੰਬੇ ਸਮੇਂ ਤੋਂ ਜੋ ਇੱਕ ਸੰਘਰਸ਼ਸ਼ੀਲ ਇੱਕ ਲਹਿਰ ਚਲਾਈ ਜਾ ਰਹੀ ਹੈ, ਜੋ ਲੀਗਲ ਤੌਰ ਦੇ ਉੱਤੇ ਇਹਨਾਂ ਨੇ ਬੜੀ ਕਾਮਯਾਬੀ ਹਾਸਲ ਕੀਤੀ ਹੈ ਇੰਟਰਨੈਸ਼ਨਲ ਪੱਧਰ ਤੇ, ਹੁਣ ਇਹ ਪੂਰੇ ਦੁਨੀਆਂ ਭਰ ਦੇ ਲੋਕਾਂ ਨੂੰ ਨਾਲ ਲੈ ਕੇ, ਵਿਸ਼ਵ ਭਰ ਦੇ ਸਿੱਖਾਂ ਨੂੰ ਨਾਲ ਲੈ ਕੇ, ਜੋ 1 ਨਵੰਬਰ ਦਾ ਦਿਹਾੜਾ, ਜੋ 1984 ਦੇ ਕਤਲੇਆਮ ਦਾ ਦਿਹਾੜਾ ਹੈ, ਉਸ ਦਿਹਾੜੇ ਦੇ ਉੱਤੇ ਉੱਥੇ ਜਨੇਵਾ ਦੇ ਵਿੱਚ ਜਾ ਕੇ ਜੋ ਇਹ ਪਟੀਸ਼ਨ ਪਾਉਣ ਜਾ ਰਹੇ ਹਨ, ਜਿਸ ਦਾ ਉਸ ਦੇ ਸੰਬੰਧ ਵਿੱਚ ਇਹ ਥਾਂ ਥਾਂ ਜਾ ਕੇ ਯੂਰਪ ਭਰ ਦੇ ਵਿੱਚ ਵੱਖ ਵੱਖ ਗੁਰੂ ਘਰਾਂ ਵਿੱਚ ਜਾ ਕੇ, ਵੱਖ ਵੱਖ ਯੂਰਪ ਦੀਆਂ ਕੰਟਰੀਆਂ ਵਿੱਚ ਜਾ ਕੇ ਇਹਨਾਂ ਦੀ ਸਮੁੱਚੀ ਟੀਮ, ਜੋ ਇਹਨਾਂ ਦੇ ਲੀਗਲ ਐਡਵਾਈਜ਼ਰ ਹਨ ਗੁਰਪ੍ਰਵੰਤ ਸਿੰਘ ਜੀ ਪੰਨੂ, ਅਤੇ ਹੋਰ ਵੀ ਜੋ ਨਾਲ ਉਹਨਾਂ ਦੇ ਵਕੀਲ ਆਏ ਹਨ, ਬੜੇ 2 ਹਫ਼ਤਿਆਂ ਤੋਂ ਪੂਰੇ ਯੂਰਪ ਦੇ ਵਿੱਚ ਉਹ ਆਪਣੇ ਇਸ ਮਕਸਦ ਲਈ ਸੰਗਤਾਂ ਦੇ ਨਾਲ ਜਾਣ ਪਛਾਣ ਜਾਣੂ ਕਰਵਾ ਰਹੇ ਹਨ। ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਵੀ ਇਸ ਦੇ ਹੱਕ ਵਿੱਚ ਜੋ ਚਿੱਠੀ ਆਈ ਹੈ, ਉਸ ਦੇ ਸੰਬੰਧ ਦੇ ਵਿੱਚ ਜੋ ਦਸਤਖਤ ਕਰਕੇ ਆਪਾਂ ਭੇਜਣੇ ਹਨ। ਮੈਂ ਸਭ ਤੋਂ ਪਹਿਲਾਂ ਭਾਈ ਜਸਵੀਰ ਸਿੰਘ ਹੋਣਾ ਨੂੰ ਬੇਨਤੀ ਕਰਾਂਗਾ ਕਿ ਉਹ ਜੋ 1 ਨਵੰਬਰ ਨੂੰ ਪਟੀਸ਼ਨ ਪਾਉਣ ਜਾ ਰਹੇ ਹਨ, ਇਸ ਦਾ ਉਸ ਦੇ ਬਾਰੇ ਪਟੀਸ਼ਨ ਦੇ ਬਾਰੇ ਥੋੜੀ ਜਾਣਕਾਰੀ ਦੱਸਣ ਕਿ ਇਹ ਪਟੀਸ਼ਨ ਨੂੰ ਕੀ ਕਹਿੰਦੇ ਹਾਂ ਅਤੇ ਇਹ ਪਟੀਸ਼ਨ ਆਪਾਂ ਕਾਹਤੋਂ ਪਾਉਣ ਜਾ ਰਹੇ ਹਾਂ, ਤਦ ਕਿ ਸੰਗਤਾਂ ਨੂੰ ਪਤਾ ਲੱਗੇ ਕਿ ਇਸ ਦੇ ਕੀ ਕਾਰਨ ਹਨ। ਸ਼ੋਰਟਕਟ ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਜਿਹੜੀ ਪਟੀਸ਼ਨ ਆਪਾਂ ਪਾਉਣ ਜਾ ਰਹੇ ਹਾਂ ਕਿ ਪਹਿਲੇ ਜਿਸ ਤਰ੍ਹਾਂ ਪਿੱਛੇ ਵੀ ਸਾਡੇ ਕੰਮ ਕਰ ਰਹੇ ਹਨ ਹਿੰਦੁਸਤਾਨ ਦੀ ਅਦਾਲਤਾਂ ਵਿੱਚ, ਪਰ ਆਪਾਂ ਸਿੱਖਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਹਿੰਦੁਸਤਾਨ ਦੇ ਵਿੱਚ ਸਿੱਖਾਂ ਨੂੰ ਨਿਆਂ ਨਹੀਂ ਮਿਲ ਸਕਦਾ, ਅਤੇ ਆਪਾਂ ਇਹ ਮੁਹਿੰਮ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਆਪਾਂ ਲੈ ਕੇ ਆਏ ਹਾਂ। ਅਤੇ ਪਿੱਛੇ ਦੇਖਿਆ ਤੁਸੀਂ ਕੈਨੇਡਾ ਦੀ ਪਾਰਲੀਮੈਂਟ 'ਚ, ਜਾਂ ਫਿਰ ਦੇਖਿਆ ਤੁਸੀਂ ਆਸਟ੍ਰੇਲੀਆ ਦੀ ਪਾਰਲੀਮੈਂਟ ਦੇ ਵਿੱਚ, ਜਾਂ ਫਿਰ ਦੇਖਿਆ ਵਾਈਟ ਹਾਊਸ ਅਮਰੀਕਾ ਦੇ ਵਿੱਚ ਵੀ ਪਟੀਸ਼ਨ ਪਾਈ। ਉਸ ਤੋਂ ਇਲਾਵਾ ਨਿਊਯਾਰਕ ਦੀ ਫੈਡਰਲ ਕੋਰਟ ਦੇ ਵਿੱਚ ਸਿੱਖ ਫੋਰ ਜਸਟਿਸ ਦੇ ਜਿਹੜੇ ਬੈਠੇ ਹਨ, ਮੁੱਖ ਭਾਈ ਅਵਤਾਰ ਸਿੰਘ ਪੰਨੂ, ਭਾਈ ਸੁਖਵਿੰਦਰ ਸਿੰਘ ਥਾਣਾ, ਜਾਂ ਉਹਦੇ ਲੀਗਲ ਐਡਵਾਈਜ਼ਰ, ਜਿਹੜਾ ਸਿੱਖ ਕੌਮ ਨੂੰ ਇੰਨਾ ਪੜ੍ਹਿਆ ਲਿਖਿਆ ਨੌਜਵਾਨ ਮਿਲਿਆ ਹੈ, ਤਾਂ ਉਹ ਇਸ ਕਾਰਜ ਵਾਸਤੇ ਮਤਲਬ 16-16, 18-18 ਘੰਟੇ ਇਸ ਕਾਰਜ ਵਾਸਤੇ ਕੰਮ ਕਰ ਰਿਹਾ ਹੈ। ਅਤੇ ਕੌਮ ਨੂੰ ਆਪਾਂ ਨੂੰ ਇਹ ਇਕਮੁੱਠ ਹੋ ਕੇ, ਅਤੇ ਆਪਾਂ ਨੂੰ ਜਿਹੜਾ ਇਹਨਾਂ ਨੇ ਬਦਨਾਮ ਕੀਤਾ, ਇਹ ਆਤੰਕਵਾਦੀਆਂ ਨੇ, ਇਹ ਖਾੜਕੂਏ ਨੇ, ਦੇਸ਼ ਦਰੋਹੀ ਹਨ, ਅਤੇ ਆਪਣਾ ਪੱਖ ਜਿਹੜਾ ਰੀਅਲੀ ਕਿਸੇ ਨੇ ਪੇਸ਼ ਹੀ ਨਹੀਂ ਕੀਤਾ, ਅਤੇ ਇਹਨਾਂ ਦੇ ਮਨ ਵਿੱਚ ਕੋਈ ਸਤਿਗੁਰ ਨੇ ਕਿਰਪਾ ਕੀਤੀ, ਅਤੇ ਆਪਾਂ ਮੈਂ ਦਾਸ ਵੀ ਇਹਨਾਂ ਦੇ ਨਾਲ ਮਤਲਬ ਜਿੱਥੇ ਵੀ ਕੌਮ ਦੀ ਚੜ੍ਹਦੀ ਕਲਾ ਵਾਸਤੇ, ਅਤੇ ਆਪਣਾ ਜਿਹੜਾ ਪੱਖ ਹੈਗਾ ਕਿ ਜਿਹੜੇ 6 ਦਿਨ ਤੋਂ ਬੱਚੇ ਤੋਂ ਲੈ ਕੇ 70-80 ਸਾਲ ਦੇ ਬਜ਼ੁਰਗ ਤੱਕ ਜਿਹੜੇ ਗਲਾਂ 'ਚ ਟਾਇਰ ਪਾ ਕੇ ਜਿਉਂਦੇ ਜੀ ਸਾੜਿਆ, ਅਤੇ ਇਸ ਮੁਹਿੰਮ ਨੂੰ ਪੂਰਾ ਆਪਣਾ ਸਹਿਯੋਗ ਦੇ ਕੇ ਮੈਂ ਵੀ ਆਪਣਾ ਇੱਕ ਜੀਵਨ ਸਫਲ ਕਰਨ ਜਾ ਰਿਹਾ, ਤਾਂ ਕਿ ਗੁਰੂ ਦੇ ਚਰਨਾਂ 'ਚ ਜਾਣਾ ਹਰੇਕ ਨੇ, ਅਤੇ ਆਪਾਂ ਇੱਕ ਜਗ੍ਹਾ ਬਣਾ ਰਿਹਾ ਸਤਿਗੁਰ ਦੇ ਚਰਨਾਂ 'ਚ। ਅਤੇ ਸਾਰੀ ਕੌਮ ਨੂੰ ਮੈਂ ਬੇਨਤੀ ਕਰਦਾ, ਸਗੋਂ ਪੰਥਕ ਜਥੇਬੰਦੀਆਂ ਨੂੰ ਅਪੀਲ ਕਰਦਾ ਕਿ ਜੇ ਅਗਰ ਆਪਸ ਕਿਸੇ ਦੇ ਛੋਟੇ ਮੋਟੇ ਰੁਝੇ ਵੀ ਹੋਣ, ਉਹਨਾਂ ਦਾ ਨਿੱਜੀ ਸਵਾਰਥਾਂ ਵੀ ਉੱਪਰ ਉੱਠ ਕੇ ਸਤਿਗੁਰ ਦੇ ਵਾਸਤੇ, ਗੁਰੂ ਗ੍ਰੰਥ ਸਾਹਿਬ ਦੇ ਵਾਸਤੇ ਆਪਾਂ ਸਾਰੇ ਹੀ ਸਮਰਪਿਤਾਂ ਗੁਰੂ ਗ੍ਰੰਥ ਸਾਹਿਬ ਨੂੰ, ਅਕਾਲ ਤਖ਼ਤ ਸਾਹਿਬ ਨੂੰ, ਅਤੇ ਜਿਹੜੇ ਇਹਨਾਂ ਜ਼ਾਲਮਾਂ ਨੇ ਜੋ ਜ਼ੁਲਮ ਕੀਤੇ, ਅਤੇ ਉਹਨਾਂ ਜ਼ਾਲਮਾਂ ਨੂੰ ਨੰਗੇ ਕਰਕੇ ਇਹਨਾਂ ਦੇ ਅਸਲੀ ਚਿਹਰੇ ਇੰਟਰਨੈਸ਼ਨਲ ਪੱਧਰ 'ਤੇ ਇੰਟਰਨੈਸ਼ਨਲ ਕਮਿਊਨਿਟੀ ਦੇ ਵਿੱਚ, ਅਤੇ ਆਪਾਂ ਨੂੰ ਇਹਨਾਂ ਨੂੰ ਨੰਗੇ ਕਰਕੇ ਇਹਨਾਂ ਨੂੰ ਜਿਹੜੀ ਬਣਦੀ ਸਜ਼ਾ ਦਿਲਾਈਏ, ਤਾਂ ਕਿ ਆਪਣਾ ਮਕਸਦ ਇੱਕੋ ਹੀ ਹੈਗਾ
ਕਿ ਜਦੋਂ ਤੱਕ ਇਹਨਾਂ ਕਾਤਲਾਂ ਨੂੰ ਸਜ਼ਾ ਨਹੀਂ ਮਿਲਣਗੀਆਂ, ਜਦ ਤੱਕ ਆਪਣਾ ਨਹੀਂ ਕੁਛ ਘਰ ਬਣੇਗਾ ਤਦ ਤੱਕ ਆਪਾਂ ਚੈਨ ਨਾਲ ਨਹੀਂ ਬੈਠਾਂਗੇ। ਇਸ ਕਰਕੇ ਆਪਣਾ ਇੱਕੋ ਇੱਕ ਮਕਸਦ ਹੈਗਾ ਕਿ ਇਹਨਾਂ ਚਾਲਵਾਂ ਨੂੰ ਨੰਗੇ ਕਰਕੇ ਅਤੇ ਇਹਨਾਂ ਨੂੰ ਸਜ਼ਾ ਦਿਲਾ ਕੇ ਅਤੇ ਆਪਣੀ ਜਿਹੜੀ ਕੌਮ ਨਾਲ ਜੋ ਦੁਰਦਰ ਰਹੀਏ ਅਤੇ ਉਹਦੇ ਤੋਂ ਆਪਾਂ ਨੂੰ ਇਹ ਭਾਈ ਸਾਹਿਬ ਤੁਸੀਂ ਹੁਣ ਇੱਥੇ ਸਾਡੇ ਕੋਲ ਪਹੁੰਚੇ ਹਾਂ। ਇਸ ਤੋਂ ਪਹਿਲਾਂ ਮੈਂ ਵੇਖਿਆ ਤੁਹਾਨੂੰ ਤੁਸੀਂ ਇੰਗਲੈਂਡ ਦੀ ਧਰਤੀ 'ਤੇ ਵੀ ਪੂਰੇ ਘੁੰਮੇ ਆ। ਇੰਗਲੈਂਡ ਦੇ ਵੱਖ ਵੱਖ ਗੁਰੂ ਘਰਾਂ ਵਿੱਚ ਜਾਂ ਉੱਥੇ ਹੋਰ ਪੰਥਕ ਸ਼ਖਸੀਅਤਾਂ ਨੂੰ ਮਿਲੇ ਹੋਵੋਗੇ, ਉੱਥੋਂ ਦੇ ਲੋਕਾਂ 'ਚ ਕੀ ਉੱਥੋਂ ਬਾਰੇ ਦੱਸੋ ਤੁਸੀਂ, ਉੱਥੇ ਜੋ ਪ੍ਰਚਾਰ ਕੀਤਾ ਉੱਥੋਂ ਕਿੰਨੀ ਸੰਗਤ ਆ ਰਹੀ ਆ ਜਾਂ ਉਹਦੇ ਬਾਰੇ ਕੋਈ ਤੁਸੀਂ ਥੋੜ੍ਹਾ ਚਾਨਣਾ ਉੱਥੇ? ਜਦੋਂ ਮੈਂ ਇੰਗਲੈਂਡ ਦੇ 'ਚ ਗਿਆ, ਪਹਿਲੀ ਵਾਰੀ ਹੋ ਕੇ ਆਇਆ ਇੰਗਲੈਂਡ ਦੇ 'ਚ, ਅਤੇ ਮੈਂ ਇਹ ਦੂਜੀ ਵਾਰ ਤੁਹਾਡੇ ਗੁਰੂ ਘਰ ਦਰਸ਼ਨ ਕੀਤੇ, ਅਤੇ ਇੰਗਲੈਂਡ ਦੇ ਵਿੱਚ ਜਿਹੜਾ ਨੌਜਵਾਨ ਤਬਕਾ ਸੀ ਅਤੇ ਉਹਨਾਂ ਨੂੰ ਪਤਾ ਹੀ ਨਹੀਂ ਸੀ ਵੀ ਵਾਕਈ ਸਾਡੀ ਕੌਮ ਨਾਲ, ਜਦੋਂ ਮੈਂ ਜਾ ਕੇ ਦੱਸੀਆਂ ਗੱਲਾਂ ਅਤੇ ਸਿੱਖ ਚੈਨਲ 'ਤੇ ਜਾਂ ਸੰਗਤ ਟੀਵੀ 'ਤੇ ਜਾਂ ਰੇਡੀਓ ਪੰਜਾਬ 'ਤੇ, ਅਤੇ ਉੱਥੇ ਜਾ ਜਾ ਕੇ ਅਤੇ ਲੋਕਾਂ ਨੂੰ ਇੱਕ ਨਵੀਂ ਜਾਗਰਤੀ ਆਈ ਅਤੇ ਹਰ ਮਾਈ ਭੈਣ ਭਰਾ ਦੇ ਦਿਲ ਵਿੱਚ ਇਹ ਦਰਦ ਉੱਠਿਆ ਕਿ ਨਹੀਂ, ਸਾਡੀ ਕੌਮ ਨਾਲ ਜੇ ਇੰਨਾ ਜ਼ੁਲਮ ਹੋਇਆ ਅਤੇ ਸਾਡਾ ਫਰਜ਼ ਹੈ ਆਪਾਂ ਵੀ ਇਸ ਕਾਜ ਨਾਲ ਜੁੜ ਕੇ ਅਤੇ ਇਹਨਾਂ ਕਾਤਲਾਂ ਨੂੰ ਸਜ਼ਾ ਦਿਲਾ ਕੇ, ਜਿਹੜੀ UN ਪਟੀਸ਼ਨ ਕਾਜ ਜਾ ਰਹੇ ਉੱਥੇ ਬੜੀ ਤਾਦਾਦ ਨੌਜਵਾਨ ਇਸ ਲਹਿਰ ਵਿੱਚ ਲੱਗਣ, ਅਤੇ ਉਹਨਾਂ ਨੇ ਪੂਰਾ ਆਸ਼ਵਾਸਨ ਦਿੱਤਾ ਕਿ ਭਾਈ ਇਹ ਵੈਸੇ ਵੀ ਸਾਡਾ ਫਰਜ਼ ਬਣਦਾ ਹੈ ਅਤੇ ਕੌਮੀ ਕਾਜ ਹੈ ਅਤੇ ਆਪਾਂ ਜ਼ਰੂਰ ਉੱਥੇ ਆਵਾਂਗੇ। ਠੀਕ ਹੈ। ਹੁਣ ਮੈਂ ਜਾ ਰਿਹਾ ਭਾਈ ਅਵਤਾਰ ਸਿੰਘ ਜੀ ਪਨੂਹਣਾ ਪਾਸ, ਉਹਨਾਂ ਨੂੰ ਬੇਨਤੀ ਕਰੂੰਗਾ ਕਿ ਇਸ ਸੰਬੰਧ ਦੇ ਵਿੱਚ ਹੋਰ ਵਿਸਥਾਰ ਨਾਲ ਦੱਸਣ ਕਿ 1 ਨਵੰਬਰ ਨੂੰ ਇੰਡੀਆ ਤੋਂ ਕੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਜਾਂ ਹੋਰ ਉੱਥੋਂ ਜਿਸ ਤਰ੍ਹਾਂ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਭਾਈ ਕਰਨੈਲ ਸਿੰਘ ਜੀ, ਪੀਰ ਮੁਹੰਮਦ ਜਾਂ ਹੋਰ ਕੋਈ ਨੁਮਾਇੰਦੇ ਜਾਂ ਯੂਰਪ ਤੋਂ ਹੋਰ, ਤੁਹਾਡੀ ਕੀ ਪਲਾਨ ਗਿਆ ਉਸ ਦਿਨ ਜਿਹੜੀ ਰੈਲੀ ਕਰ ਰਹੇ ਹਾਂ, ਅਤੇ ਇੱਥੋਂ ਕਿੰਨਾ ਕੁ ਇਕੱਠ ਹੋਣ ਦੀ ਉਮੀਦ ਹੈ ਸਾਰੇ, ਤੁਸੀਂ ਉਸ ਦੇ ਬਾਰੇ ਦੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਂ TV ਚੈਨਲ ਦਾ ਧੰਨਵਾਦ ਕਰਦਾ ਕਿ ਜਿਹੜਾ ਸਾਡੀ ਆਵਾਜ਼ ਹਰ ਪ੍ਰਾਣੀ ਤੱਕ, ਹਰ ਨਾਨਕ ਨਾਮ ਲੇਵਾ ਸਿੱਖ ਤੱਕ ਜਿਹੜੀ ਆ ਉਹ ਪੁੱਜਦੀ ਕਰ ਰਹੇ ਹਨ। ਜਿਸ ਤਰ੍ਹਾਂ ਪਿੱਛੇ ਜੇ ਤੁਸੀਂ ਦੇਖਿਆ ਵੀ ਹੋਏਗਾ ਕਿ ਇੰਗਲੈਂਡ ਤੋਂ ਕਾਫੀ ਆਵਾਜ਼ ਜਿਹੜੀ ਆ ਉਹ ਸਿੱਖਾਂ ਦੇ ਹਰ ਘਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਆਵਾਜ਼ ਨਾਨਕ ਨਾਮ ਸਿੱਖਾਂ ਤੱਕ ਪਹੁੰਚਾਉਣਾ ਇੱਕੋ ਇੱਕ ਮਕਸਦ ਹੈ ਕਿ ਸਿੱਖਾਂ ਦੇ ਵਿੱਚ ਅਵੇਅਰਨੈਸ ਜਿਹੜੀ ਆ ਉਹ ਪੈਦਾ ਕੀਤੀ ਜਾਵੇ। 1984 ਦੇ ਵਿੱਚ ਸਿੱਖਾਂ ਦਾ ਜੋ ਕਤਲੇਆਮ ਕੀਤਾ ਗਿਆ ਨਜਾਇਜ਼, ਉਸ ਨੂੰ ਦੁਨੀਆਂ ਦੇ ਸਾਹਮਣੇ ਇੱਕ ਪੱਖਪਾਤ ਰੱਖਿਆ ਜਾਵੇ। ਉਹਨਾਂ ਚਿਰ ਤੱਕ ਤੁਸੀਂ UN ਦੇ ਵਿੱਚ ਪਟੀਸ਼ਨ ਸਾਈਨ ਨਹੀਂ ਸੀ ਕਰ ਸਕਦੇ ਜਿੰਨਾ ਚਿਰ ਤੱਕ ਜਿਹੜੇ ਕੰਟਰੀ ਦੇ ਤੁਸੀਂ ਵਸਨੀਕ ਦੇ ਉਹ ਉੱਥੋਂ ਦੀ ਸੁਪਰੀਮ ਕੋਰਟ ਜਾਂ ਹਾਈਐਸਟ ਕੋਰਟ ਜਿਹੜੀ ਆ ਉਹ ਤੁਹਾਨੂੰ ਇਨਸਾਫ਼ ਨਹੀਂ ਦਿੰਦੀ। ਇਸ ਕਰਕੇ ਇੰਡੀਆ ਨੇ ਸਾਨੂੰ ਹਾਈ ਕੋਰਟ ਨੇ ਕੋਈ ਜਿਹੜੀ ਇਨਸਾਫ਼ ਨਹੀਂ ਦਿੱਤਾ। ਇਸ ਕਰਕੇ ਜਿਹੜੀ ਪਟੀਸ਼ਨ ਜਿਹੜੀ ਆ ਉਹ UN ਦੇ ਵਿੱਚ ਜਿਹੜੀ ਆ ਉਹ 1 ਨਵੰਬਰ ਨੂੰ ਜਿਹੜੀ ਆ ਉਹ ਦਾਖਲ ਕੀਤੀ ਜਾ ਰਹੀ ਹੈ। ਇਸ ਦੇ ਸੰਬੰਧ ਵਿੱਚ ਤੁਸੀਂ ਕੁਐਸਚਨ ਕੀਤਾ ਕਿ ਕਿੱਥੋਂ ਦੇ ਯੂਰਪ ਦੇ ਵਿੱਚ ਸਾਡਾ ਜਿਹੜਾ ਟੀਚਾ ਵਾ ਉਹ ਇੱਥੋਂ ਤੱਕ ਸੀਗਾ ਵੀ ਅਸੀਂ 10 ਲੱਖ ਬੰਦਾ ਜਿਹੜਾ ਉਹਦੇ ਸਾਈਨ ਜਿਹੜੇ ਆ ਉੱਥੇ ਕਰਾ ਕੇ ਜ਼ਰੂਰ ਦੇਵਾਂਗੇ, ਪਰ ਆਸ ਰੱਖਦੇ ਹਾਂ ਕਿ ਸ਼ਾਇਦ ਇੰਨੇ ਨਾ ਹੋਣ ਕਿਉਂਕਿ ਇੰਨੀ ਜ਼ਿਆਦਾ ਅਸੀਂ ਪ੍ਰਚਾਰ ਨਹੀਂ ਕਰ ਸਕੇ। ਇੰਡੀਆ ਦੇ ਵਿੱਚੋਂ ਕਈ ਦੁਖੀ ਧਿਰਾਂ ਵੀ ਵਿੱਚੇ ਹੀ ਹਨ, ਉਹ ਇਸ ਚੀਜ਼ ਨੂੰ ਇਗਨੋਰ ਕਰਦੇ ਹਨ, ਪਰ ਅਸੀਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ਧੰਨਵਾਦ ਕਰਦੇ ਹਾਂ, 5 ਸਿੰਘ ਸਾਹਿਬਾਨ ਦਾ, ਕਿ ਜਿਨ੍ਹਾਂ ਨੇ ਇੱਕ ਆਦੇਸ਼ ਜਾਰੀ ਕੀਤਾ ਹੈ ਸਮੁੱਚੀ ਕੌਮ ਦੇ ਨਾਂ ਦੇ ਉੱਤੇ ਕਿ ਸਮੁੱਚੀ ਕੌਮ ਜਿਹੜੀ ਆ ਇਸ ਪਟੀਸ਼ਨ ਦੇ ਉੱਤੇ ਆਪਣੇ ਸਾਈਨ ਕਰੇ, ਅਤੇ ਜਿਹੜੀ ਇਹ ਪਟੀਸ਼ਨ ਆ UN ਦੇ ਵਿੱਚ ਸਿੱਖਾਂ ਨੂੰ ਜਿਹੜਾ ਵਾ ਇਹ ਜਿਹੜਾ ਇਨਸਾਫ਼ ਜਿਹੜਾ ਉਹ ਦਵਾਇਆ ਜਾ ਸਕੇ। ਇਸ ਕਰਕੇ ਮੈਂ ਜਿੱਥੇ ਜਿੱਥੇ ਮੇਰੇ ਭੈਣ ਭਰਾ ਬਜ਼ੁਰਗ ਬੱਚੇ ਕੋਈ ਵੀ ਸਿੱਖ ਧਰਮ ਨੂੰ ਬਿਲੋਂਗ ਕਰਦੇ ਹਨ ਜਾਂ ਹੋਰ ਵੀ ਕਿਸੇ ਨੂੰ ਬਿਲੋਂਗ ਕਰਦੇ ਹਨ, ਸਿੱਖਾਂ ਨੂੰ ਇਨਸਾਫ਼ ਦਵਾਉਣ ਵਾਸਤੇ ਉਹ ਆਪਣੇ ਪਟੀਸ਼ਨ ਉੱਤੇ ਸਾਈਨ ਕਰ ਸਕਦਾ ਵਾ। ਇਹ ਜ਼ਰੂਰੀ ਨਹੀਂ ਕਿ ਸਾਰੇ ਸਿੱਖ ਹੀ ਕਰਨ, ਕੋਈ ਹੋਰ ਵੀ ਕਰ ਸਕਦਾ ਕਿਉਂਕਿ ਸਾਨੂੰ ਇਨਸਾਫ਼ ਨਹੀਂ ਮਿਲਦਾ। ਇਸ ਕਰਕੇ ਅਸੀਂ ਜਰਮਨ ਲੈਂਗੁਏਜ ਦੇ ਵਿੱਚ ਵੀ, ਸਪੈਨਿਸ਼ ਦੇ ਵਿੱਚ ਵੀ ਅਤੇ ਫਰੈਂਚ ਦੇ ਵਿੱਚ ਵੀ, ਸਾਰੀ ਲੈਂਗੁਏਜ ਦੇ ਵਿੱਚ ਅਸੀਂ ਇਹ ਪਟੀਸ਼ਨ ਜਿਹੜੀ ਆ ਉਹ ਕੀਤੀ ਆ, ਸਾਰੇ ਲੋਕ ਜਿਹੜੇ ਇਹਦੇ ਉੱਤੇ ਸਾਈਨ ਕਰ ਰਹੇ ਆ। ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਤੁਹਾਡਾ ਟੀਚਾ 10 ਲੱਖ ਦਾ ਸਾਈਨ ਕਰਵਾਉਣ ਦਾ ਸੀ, ਅੱਜ ਇੱਥੇ ਅਸੀਂ ਵੀ ਗੁਰਦੁਆਰਾ ਸਾਹਿਬ ਵਿੱਚ ਜੋ ਸਿਗਨੇਚਰ ਕਰਵਾ ਰਹੇ ਹਾਂ ਉਸ ਦੇ ਸੰਬੰਧ ਵਿੱਚ ਸੰਗਤਾਂ ਨੂੰ ਜਦੋਂ ਸਿਗਨੇਚਰ ਕਰਨ ਨੂੰ ਕਈਆਂ ਨੂੰ ਕਿਹਾ ਤੇ ਉਹਨੇ ਕਿਹਾ ਕਿ ਅਸੀਂ ਆਟੋਮੈਟਿਕ ਹੀ ਆਨਲਾਈਨ ਦਸਤਖਤ ਕਰਨ ਜਾ ਰਹੇ ਹਾਂ ਤੇ ਦਸਤਖਤ ਕਰ ਰਹੇ ਹਾਂ। ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਸ਼ਾਇਦ ਅਸੀਂ 10 ਲੱਖ ਦਾ ਟੀਚਾ ਪਾਰ ਨਾ ਕਰ ਸਕੀਏ, ਹੋ ਸਕਦਾ ਕਿ ਲੋਕੀ ਬਹੁਤ ਜਿਹੜੇ ਹਨ
ਜਿਹੜੇ ਸਾਹਮਣੇ ਨਹੀਂ ਆਉਂਦੇ ਉਹ ਨਹੀਂ ਆਨਲਾਈਨ ਵੀ ਦਾਖਲ ਕੀਤੇ ਹੋਣ ਜਾਂ ਅਜੇ ਵੀ ਆਪਣੇ ਕੋਲ 2 ਹਫ਼ਤੇ ਦਾ ਸਮਾਂ ਪਿਆ ਹੈ। ਬਿਲਕੁਲ ਤੁਹਾਡੀ ਗੱਲ ਜਿਹੜੀ ਹੈ ਇਹ ਬਿਲਕੁਲ ਸਹੀ ਆ, ਪਰ ਜਿੱਥੋਂ ਤੱਕ ਆਸ ਰੱਖੀ ਜਾਂਦੀ ਸੀ 10 ਸਾਲ ਤੋਂ ਹੋ ਸਕਦਾ, ਜਦੋਂ ਅਸੀਂ ਪਟੀਸ਼ਨ 2012 ਦੇ ਵਿੱਚ ਵਾਈਟ ਹਾਊਸ ਦੇ ਵਿੱਚ ਪਾਈ ਤੇ ਉਦੋਂ 25,000 ਦਾ ਸੀ ਤੇ ਸਾਡੇ ਕੋਲ 48,000 ਸਿੱਖਾਂ ਨੇ ਉਸ ਪਟੀਸ਼ਨ ਤੇ ਸਾਈਨ ਕੀਤੇ। ਜੇ ਅੱਜ ਅਸੀਂ 10 ਲੱਖ ਦਾ ਟੀਚਾ ਮਿਥਿਆ ਹੈ, ਕਈ ਵਾਰੀ ਅਸੀਂ ਵੀ ਕਹਿੰਦੇ ਹਾਂ ਜਾਂ ਹੋਰ ਵੀ ਕਹਿੰਦੇ ਹਨ ਵੀ ਬਹੁਤ ਜ਼ਿਆਦਾ ਹੈ, ਪਰ ਗੁਰੂ ਮਹਾਰਾਜ ਕਿਰਪਾ ਕਰਨ, ਕਿਉਂਕਿ ਸਿੱਖ ਕੌਮ ਜਿਹੜੀ ਉਹ ਦੁਨੀਆਂ ਦੇ ਹਰ ਕੋਨੇ ਤੱਕ ਫੈਲੀ ਆ। ਹੋ ਸਕਦਾ ਜਿੱਥੋਂ ਤੱਕ ਸਾਡੀ ਆਵਾਜ਼ ਮੇਰੇ ਵੀਰ ਸੁਣਦੇ ਨੇ ਜਾਂ ਜਿਹੜਾ ਆਨਲਾਈਨ ਤੇ ਅਸੀਂ ਕੀਤਾ ਉਹ ਆਨਲਾਈਨ ਤੇ ਪਟੀਸ਼ਨ ਜਿਹੜੀ ਸਾਈਨ ਹੋ ਕੇ ਬਹੁਤ ਆ ਰਹੀ, ਹੋ ਸਕਦਾ 10 ਲੱਖ ਤੋਂ ਵੱਧ ਜਾਵੇ, ਪਰ ਆਸ ਰੱਖਦੇ ਹਾਂ, ਪਰ ਪੱਕਾ ਨਹੀਂ, ਸ਼ੋਰ ਨਹੀਂ ਕਰ ਸਕਦੇ। ਤੇ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਜਦੋਂ ਜਿਸ ਦੇਸ਼ ਦੇ ਅਸੀਂ ਵਸਿੰਦੇ ਹੋਈਏ ਸਭ ਤੋਂ ਪਹਿਲਾਂ ਉੱਥੋਂ ਦੀਆਂ ਜੋ ਜੁਡੀਸ਼ਰੀ ਢਾਂਚਾ ਹੈ, ਜੋ ਅਦਾਲਤਾਂ ਹੈ, ਉਹਨਾਂ ਦੇ ਕੋਲੋਂ ਆਪਾਂ ਨਿਆਂ ਲੈਣਾ ਹੁੰਦਾ ਹੈ ਜੋ ਕਿ ਸਾਨੂੰ ਨਹੀਂ ਮਿਲਿਆ, ਚਾਹੇ ਉੱਥੇ ਦੀ ਹਾਈ ਕੋਰਟ ਆ ਚਾਹੇ ਸੁਪਰੀਮ ਕੋਰਟ ਆ। 29-30 ਸਾਲ ਤੋਂ ਆਪਾਂ ਦਰ ਦਰ ਦੀਆਂ ਠੋਕਰਾਂ ਖਾ ਕੇ ਵਿਸ਼ਵ ਪੱਧਰੀ ਤੌਰ ਤੇ ਤੁਸੀਂ ਜੋ ਹੁਣ ਇਹ ਆਪਣੀ ਮੁਹਿੰਮ ਸ਼ੁਰੂ ਕੀਤੀ ਹੈ, ਜਿਹੜੀ ਪਟੀਸ਼ਨ ਹੁਣ ਤੁਸੀਂ 1 ਤਰੀਕ ਨੂੰ ਜੋ ਇਹ ਕਤਲੇਆਮ ਦੇ ਦਿਹਾੜੇ ਤੇ ਪਾਉਣ ਜਾ ਰਹੇ ਹਾਂ ਉੱਥੇ ਜਨੇਵਾ ਦੇ ਵਿੱਚ, ਇਸ ਦੀ ਤਿਆਰੀ ਤੁਸੀਂ ਕਦੋਂ ਤੋਂ ਸ਼ੁਰੂ ਕੀਤੀ ਹੋਈ ਹੈ, ਕਿੰਨੇ ਚਿਰ ਤੋਂ? ਇਹ ਕੋਈ ਸਾਨੂੰ ਬਹੁਤਾ ਟਾਈਮ ਨਹੀਂ ਲੱਗਾ, ਕਿਉਂਕਿ ਜੇ ਲਾਸਟ ਕੇਸ ਜਿਹੜੇ ਸੁਪਰੀਮ ਕੋਰਟ 'ਚ ਚੱਲ ਰਹੇ ਸੀਗੇ, ਜਦੋਂ ਸਾਡੀ ਵਕੀਲ ਉੱਥੇ ਜਿਹੜੀ ਕਾਮਨਾ ਵੋਹਰਾ ਹੈ, ਸੁਪਰੀਮ ਕੋਰਟ ਦੀ ਅਟਾਰਨੀ ਹੈ ਜਿਹੜੀ ਸਿੱਖ ਫਾਰ ਜਸਟਿਸ ਦੇ ਨਾਲ ਕੰਮ ਕਰਦੀ ਹੈ, ਉਹ ਇੱਕ ਹਿੰਦੂ ਲੇਡੀ ਹੋਣ ਦੇ ਨਾਤੇ ਉਹ ਆਵਾਜ਼ ਜਿਹੜੀ ਉਹ ਬੁਲੰਦ ਕਰ ਰਹੀ ਆ, ਜਿੱਥੇ ਕਿ ਜਗਦੀਸ਼ ਟਾਈਟਲ ਦੇ ਕਈ ਗੁੰਡਿਆਂ ਨੇ ਉਸ ਨੂੰ ਧਮਕਾਇਆ ਵੀ, ਪਰ ਉਸ ਨੇ ਕਿਹਾ ਕਿ ਜਦੋਂ ਮੈਂ ਲਾਅ ਕਰਦੀ ਸੀ ਉਹਦੀ ਫੀਸ ਤੇਰਾ ਪਿਓ ਨਹੀਂ ਸੀ ਦਿੰਦਾ ਜਾਂ ਤੂੰ ਨਹੀਂ ਦਿੰਦਾ ਰਿਹਾ, ਇਸ ਕਰਕੇ ਮੈਂ ਜਿਹੜੀ ਗੱਲ ਜਿਹੜੀ ਆ ਉਹ ਇਨਸਾਫ਼ ਦੀ ਕਰ ਰਹੀ ਹਾਂ, ਮੈਂ ਉਹਨਾਂ ਦੀ ਵਕੀਲ ਹਾਂ, ਮੈਂ ਹਰ ਪਲ ਹਰ ਘੜੀ ਇਸ ਚਾਰਜ ਦੇ ਨਾਲ ਆ, ਇਸ ਕਰਕੇ ਉਹ ਸਾਡੇ ਨਾਲ ਕੰਮ ਕਰ ਰਹੀ ਹੈ। ਦੂਸਰਾ ਜਿਹੜਾ ਤੁਸੀਂ ਕੁਐਸਚਨ ਕੀਤਾ ਪਹਿਲਾਂ ਕੀਤਾ ਸੀ ਜਥੇਦਾਰ ਸਾਹਿਬ ਦਾ, ਆਸ ਰੱਖ ਰਹੇ ਹਾਂ ਵੀ ਜਥੇਦਾਰ ਸਾਹਿਬ ਇੱਥੇ ਜ਼ਰੂਰ ਆਉਣਗੇ 1 ਨਵੰਬਰ ਨੂੰ, ਕੋਈ ਇਹੋ ਜਿਹਾ ਕੰਮ ਨਾ ਪੈ ਜਾਵੇ ਜਾਂ ਉਹਨਾਂ ਨੂੰ ਕਿਤੇ ਡੱਕਿਆ ਨਾ ਜਾਵੇ, ਨਹੀਂ ਤੇ ਆਸ ਰੱਖਦੇ 3 ਜਥੇਦਾਰ ਜਿਹੜੇ ਆ ਉਹ ਸਾਡੇ ਉੱਥੇ ਉਦੋਂ ਪਹੁੰਚ ਰਹੇ ਨੇ। ਠੀਕ ਹੈ ਜੀ, ਇਸੇ ਤਰ੍ਹਾਂ ਹੋਰ ਸੰਗਤਾਂ ਦੀ ਜਾਣਕਾਰੀ 'ਚ ਤੁਸੀਂ ਵਾਧਾ ਕਰੋ ਕਿ ਜਿਸ ਤਰ੍ਹਾਂ ਤੁਸੀਂ ਇਹ ਸਿਗਨੇਚਰ ਜੋ ਕਰਵਾਉਣ ਜਾ ਰਹੇ ਹਾਂ ਇਸ ਦੇ ਸੰਬੰਧ ਵਿੱਚ ਸੰਗਤਾਂ ਨੂੰ ਹੋਰ ਖੁੱਲ੍ਹ ਕੇ ਦੱਸੋ ਕਿ ਆਪਾਂ ਜਿਹੜਾ ਇਹ ਆਪਣੀ ਪਟੀਸ਼ਨ ਪਾਉਣ ਜਾ ਰਹੇ ਹਾਂ ਇਸ ਦੇ ਸੰਬੰਧ ਦੇ ਵਿੱਚ ਆਪਾਂ ਨੂੰ ਹੋਰ ਕੀ ਕਰਨਾ ਚਾਹੀਦਾ, ਇੱਥੋਂ ਦੇ ਯੂਰਪ ਦੇ ਸਿੱਖਾਂ ਨੂੰ, ਇੱਥੋਂ ਦੀਆਂ ਗੁਰਦੁਆਰਾ ਕਮੇਟੀਆਂ ਨੂੰ ਜਾਂ ਇੱਥੋਂ ਦੀਆਂ ਜਥੇਬੰਦੀਆਂ ਨੂੰ ਤੋਂ ਤੁਸੀਂ ਕਿਹੋ ਜਿਹੇ ਸਹਿਯੋਗ ਦੀ ਆਸ ਰੱਖਦੇ ਹਾਂ, ਤਦ ਕਿ ਅਜੇ 2 ਹਫ਼ਤੇ ਦਾ ਹੋਰ ਸਮਾਂ ਆ ਜਿਸ ਦੇ ਲਈ ਆਪਾਂ ਹੋਰ ਤਿਆਰੀ ਕਰਕੇ ਵੱਧ ਤੋਂ ਵੱਧ ਆਪਾਂ ਜੋ ਸਿਗਨੇਚਰ ਨਹੀਂ ਹੋ ਸਕੇ ਉਹ ਸਿਗਨੇਚਰ ਕਰਵਾ ਸਕੀਏ ਜਾਂ ਆਪਾਂ ਹੋਰ ਕਿਸ ਤਰ੍ਹਾਂ ਜੋ ਪ੍ਰਬੰਧ ਹਨ ਉਹ ਕਰਕੇ ਉੱਥੇ ਪਹੁੰਚ ਸਕੀਏ ਉਸ ਦੇ ਸੰਬੰਧ ਵਿੱਚ। ਬਹੁਤ ਵਧੀਆ ਕੁਐਸਚਨ ਤੁਸੀਂ ਭਾਈ ਸਾਹਿਬ ਕੀਤਾ। ਸਭ ਤੋਂ ਪਹਿਲਾਂ ਜਿੰਨੀਆਂ ਤਕਰੀਬਨ ਜਥੇਬੰਦੀਆਂ ਯੂਰਪ ਦੀਆਂ ਹਨ ਸਾਡੀ ਸਾਰਿਆਂ ਦੇ ਨਾਲ ਗੱਲਬਾਤ ਹੋ ਚੁੱਕੀ ਹੈ, ਪ੍ਰਬੰਧਕ ਕਮੇਟੀਆਂ ਗੁਰਦੁਆਰਾ ਸਾਹਿਬ ਆਉਣ ਦੇ ਜਿੰਨੇ ਵੀ ਪ੍ਰਬੰਧ ਵਿੱਚ ਮੇਰੇ ਵੀਰ ਹਨ ਉਹਨਾਂ ਦੇ ਨਾਲ ਤੇ ਜਿਹੜੀਆਂ ਸੰਪਰਦਾਵਾਂ ਦੇ ਮੇਰੇ ਵੀਰ ਜਿਹੜੇ ਨਾਲ ਕੰਮ ਕਰਦੇ ਹਨ ਉਹਨਾਂ ਦੇ ਨਾਲ ਵੀ ਅਸੀਂ ਮੀਟਿੰਗ ਕਰ ਰਹੇ ਹਾਂ ਇਹਨਾਂ ਦਿਨਾਂ ਦੇ ਵਿੱਚ ਹੀ। ਆਸ ਰੱਖ ਰਹੇ ਹਾਂ ਵੀ ਸਾਰੇ ਮੇਰੇ ਵੀਰ ਜਿਹੜੇ ਆ, ਕਿਉਂਕਿ ਇਹ ਕੌਮ ਦਾ ਕੰਮ ਹੈ, ਨਾ ਸਿੱਖ ਪਰ ਜਸ ਦਾ ਹੈ ਨਾ ਕਿਸੇ ਹੋਰ ਜਥੇਬੰਦੀ ਦਾ, ਇਹ ਸਮੁੱਚੀ ਕੌਮ ਦਾ ਕੰਮ ਹੈ, ਸਮੁੱਚੀ ਕੌਮ ਨੇ ਇਨਸਾਫ਼ ਲੈਣਾ ਹੈ, ਨਾ ਕਿ ਇੱਕ ਧਿਰ ਲੈ ਹੈ। ਠੀਕ ਆ, ਅਸੀਂ ਲੀਗਲ ਕਾਰਵਾਈ ਕਰ ਰਹੇ ਹਾਂ, ਅਸੀਂ ਇਹਦੇ ਵਿੱਚ ਅਗਲੇ ਪਾਸੇ ਲੱਗੇ ਹਾਂ, ਕਿਉਂਕਿ ਜਦੋਂ ਮਨੁੱਖੀ ਅਧਿਕਾਰ ਸੰਸਥਾ ਜਿਹੜੀ ਆ ਉਹ ਸਿੱਖਾਂ ਦੇ ਇੱਕੋ ਰਜਿਸਟਰਡ ਹੋਈ ਆ ਅੱਜ ਤੱਕ, ਉਹਦੇ ਉੱਤੇ ਹੀ ਇੱਕ ਪਲੇਟਫਾਰਮ ਬਣਨਾ ਚਾਹੀਦਾ ਪਹਿਲਾਂ, ਜਿਹੜਾ ਕਿ ਮੈਂ ਸਮਝਦਾ ਹਾਂ ਬਹੁਤ ਵਧੀਆ ਪਲੇਟਫਾਰਮ ਬਣਿਆ। ਇਹਦੇ ਨਾਲ ਨਾਲ ਮੈਂ ਥੋੜ੍ਹੀ ਜਿਹੀ ਹੋਰ ਧਾਰਨਾ ਦੱਸ ਜਾਵਾਂ, ਜਦੋਂ ਵਿਸਕਾਂਸਨ ਦੇ ਵਿੱਚ ਪਿਛਲੇ ਸਾਲ ਦੇ ਵਿੱਚ ਸਿੱਖਾਂ 6 ਸਿੱਖਾਂ ਨੂੰ ਕਤਲ ਕੀਤਾ ਗਿਆ ਤੇ ਉਹ ਪਿੱਛੇ ਜਿਹੇ ਇੱਕ ਮੀਡੀਆ ਨੇ ਕੁਐਸਚਨ ਕੀਤਾ ਵੀ ਸਿੱਖਾਂ ਨੇ ਉਹਦੇ ਵਿੱਚ ਉਹ ਤੋਂ ਬਾਅਦ ਕੋਈ ਕੰਮ ਨਹੀਂ ਕੀਤਾ, ਮੈਂ ਸਮਝਦਾ ਸਭ ਤੋਂ ਜ਼ਿਆਦਾ ਉਦੋਂ ਵੱਡਾ ਕੰਮ ਉਦਣ ਹੋਇਆ ਜਿੱਦਾਂ ਅਮੈਰੀਕਨ ਸਿੱਖ ਕਾਕਸ ਜਿਹੜਾ ਉਹ ਅਮੈਰੀਕਾ ਦੇ ਵਿੱਚ ਸਾਡੇ ਨਾਲ ਕਾਂਗਰਸਮੈਨ ਜਿਹੜੇ ਇਸ ਵੇਲੇ ਨੇ ਉਹ 40 ਨੇ, ਜਿਸ ਦਿਨ ਪਹਿਲੇ ਦਿਨ ਬਣਿਆ ਸੀਗਾ ਸਿੱਖ ਕਾਕਸ ਅਮੈਰੀਕਨ ਕਾਕਸ, ਉਸ ਦਿਨ ਸਾਡੇ ਨਾਲ 28 ਕਾਂਗਰਸਮੈਨ ਸੀਗੇ, ਅੱਜ ਸਾਡੇ ਕੋਲ 40 ਕਾਂਗਰਸਮੈਨ ਨੇ। ਬੜੀ ਗੁਰੂ ਦੀ ਕਿਰਪਾ ਹੈ ਕਿ ਜਿਹੜਾ ਕਾਰਜ ਨੂੰ ਦੇਖ ਕੇ ਸਾਰੇ ਤੁਰ ਰਹੇ ਹਾਂ, ਹੁਣ ਜਿਹੜਾ ਅਮੈਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ ਦਾਸ ਉਹਦਾ ਵਾਈਸ ਪ੍ਰੈਜੀਡੈਂਟ ਵੀ ਆ, ਉਸ ਜਿਹੜੀ ਜਥੇਬੰਦੀ ਆ ਉਹ ਹਰ ਗੁਰਦੁਆਰੇ ਦੇ ਨਾਲ ਟੱਚ ਆ, ਇਸੇ ਕਰਕੇ ਉਹਨੇ ਪਹਿਲ ਦੇ ਆਧਾਰ ਤੇ ਜਿਹੜਾ ਸਿੱਖ ਕਾਕਸ ਦਾ ਕੰਮ ਕੀਤਾ। ਸਿੱਖਾਂ ਨੇ ਹਰ ਕਦਮ ਦੇ ਉੱਤੇ ਅੱਜ UNO ਤੱਕ ਅਪਰੋਚ ਕੀਤੀ ਆ, ਸਿੱਖ ਕੰਮ ਕਰ ਰਹੇ ਹਨ ਤੇ ਇੱਕ ਦਿਨ ਜਿਹੜਾ ਇਨਸਾਫ਼ ਆ ਸਿੱਖਾਂ ਨੂੰ, ਆਸ ਰੱਖਦੇ ਹਾਂ ਗੁਰੂ ਦੇ ਉੱਤੇ ਕਿ ਇੱਕ ਦਿਨ ਸਾਨੂੰ ਇਨਸਾਫ਼ ਜਿਹੜਾ ਉਹ ਜ਼ਰੂਰ ਮਿਲੇਗਾ।
ਪੰਨੂ ਸਾਹਿਬ ਹੋਰ ਦੱਸੋ, ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਜਿਹੜੀ ਅਮੈਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਉਸਦੇ ਵੀ ਤੁਸੀਂ ਹੈਗੇ ਵਿੱਚ ਮੈਂਬਰ ਵਾਈਸ ਪ੍ਰੈਜ਼ੀਡੈਂਟ ਹੋ, ਪੰਥਕ ਜਥੇਬੰਦੀਆਂ ਜਾਂ ਹੋਰ ਜੋ ਜਾਗਦੀ ਜ਼ਮੀਰ ਵਾਲਾ ਸਿੱਖ ਹੈ ਉਹਨਾਂ ਦਾ ਸਮਰਥਨ ਤਾਂ ਤੁਹਾਨੂੰ ਹੈ ਹੀ ਹੈ, ਲੇਕਿਨ ਦੂਸਰੇ ਪਾਸੇ ਜਿਸ ਤਰ੍ਹਾਂ ਤੁਸੀਂ ਇੱਕ ਹਿੰਦੁਸਤਾਨਿਕ ਬੜੀ ਵੱਡੀ ਪਾਵਰ ਹੈ ਉਸ ਦੇ ਨਾਲ ਹੀ ਮੈਂ ਕਹੂੰਗਾ ਕਿ ਮੱਥਾ ਲੱਗਾ ਤੁਹਾਡਾ, ਕਿਉਂਕਿ ਪਿੱਛੇ ਜੇ ਤੁਹਾਡੀਆਂ ਮੈਂ ਖਬਰਾਂ ਪੜ੍ਹੀਆਂ ਤੁਸੀਂ ਪੰਜਾਬ ਦੇ ਚੀਫ਼ ਮਿਨਿਸਟਰ ਨੂੰ ਵੀ ਉੱਥੋਂ ਬ੍ਰਾਂਟ ਇਸ਼ੂ ਕਰਵਾਏ, ਤੁਸੀਂ ਡਿਪਟੀ ਚੀਫ਼ ਮਿਨਿਸਟਰ ਨੂੰ ਕੈਨੇਡਾ ਦੀ ਧਰਤੀ ਤੇ ਜਾਣ ਤੋਂ ਬ੍ਰਾਂਟ ਇਸ਼ੂ ਕਰਾਏ, ਫਿਰ ਉੱਥੇ ਕਾਂਗਰਸ ਦੀ ਜੋ ਪ੍ਰਧਾਨ ਸੋਨੀਆ ਗਾਂਧੀ ਹੈ ਉਹ ਜੇ ਅਮਰੀਕਾ ਵਿੱਚ ਆਈ ਉਹਨੂੰ ਵੀ ਤੁਸੀਂ ਜੋ ਹੈ ਬ੍ਰਾਂਟ ਮਹਿਰਾ ਇਸ਼ੂ ਕਰਵਾਏ ਹੈ, ਇਸੇ ਤਰ੍ਹਾਂ ਜੋ ਹਿੰਦੁਸਤਾਨ ਦਾ ਪ੍ਰਾਈਮ ਮਿਨਿਸਟਰ ਹੈ ਉਸਨੂੰ ਵੀ ਕਰਾਏ ਹੈ। ਮੇਰਾ ਕਹਿਣ ਤੋਂ ਭਾਵ ਤੁਸੀਂ ਹਿੰਦੁਸਤਾਨ ਦੇ ਪੂਰੇ ਸਿਸਟਮ ਨੂੰ ਹੀ ਜੋ ਭ੍ਰਿਸ਼ਟ ਅਤੇ ਜ਼ਾਲਮ ਹੈ ਜੋ ਕਿ ਕਾਲੇ ਧੱਬਿਆਂ ਦੇ ਨਾਲ ਭਰਿਆ ਪਿਆ ਹੈ ਉਸ ਨੂੰ ਹੱਥ ਪਾਇਆ ਹੈ। ਇਸ ਦੇ ਲਈ ਤੁਹਾਡੀ ਜੋ ਸਮੁੱਚੀ ਟੀਮ ਹੈ ਸਿੱਖ ਫੋਰ ਜਸਟਿਸ ਦੀ ਜਿਹਦੇ ਵਿੱਚ ਸਾਰੇ ਵੀਰ ਤੁਸੀਂ ਕੰਮ ਕਰ ਰਹੇ ਹਾਂ ਜਾਂ ਲੀਗਲ ਤੁਹਾਡੇ ਐਡਵਾਈਜ਼ਰ ਜੋ ਹਨ ਜੋ ਕੰਮ ਕਰ ਰਹੇ ਹਨ ਉਹਨਾਂ ਨੂੰ ਕੋਈ ਕਿਸੇ ਤਰੀਕੇ ਦੀਆਂ ਮੁਸ਼ਕਲਾਂ ਵੀ ਮੇਰੇ ਖਿਆਲ ਬਹੁਤ ਆਉਂਦੀਆਂ ਹੋਣਗੀਆਂ ਜਾਂ ਕੋਈ ਦਬਾਅ ਵੀ ਪੈਂਦੇ ਹੋਣਗੇ, ਇਸ ਦੇ ਬਾਰੇ ਥੋੜਾ ਤੁਸੀਂ ਸੰਗਤਾਂ ਨੂੰ ਕਲੀਅਰ ਕਰੋ। ਮੈਂ ਜ਼ਰੂਰ ਦੱਸਣਾ ਚਾਹਾਂਗਾ ਇਹਦੇ ਵਾਸਤੇ। ਸਭ ਤੋਂ ਪਹਿਲਾਂ ਆਪਾਂ ਇਹ ਵੇਖੀਏ ਵੀ ਜਦੋਂ ਕਿਸੇ ਵੀ ਚੀਜ਼ ਦੇ ਨਾਲ ਆਪਾਂ ਗੁਰੂ ਦੇ ਆਸ਼ੇ ਦੇ ਨਾਲ ਚੱਲ ਰਹੇ ਹਾਂ, ਜੇ ਸਾਡੇ ਗੁਰੂ ਸਾਹਿਬਾਨ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਬਾਬਰ ਨੂੰ ਉਸ ਟਾਈਮ ਜਾਬਰ ਕਹਿ ਸਕਦੇ ਹਨ ਤੇ ਅਸੀਂ ਉਹਨਾਂ ਦੀ ਹੀ ਔਲਾਦ ਹਾਂ, ਉਹਨਾਂ ਦੀ ਹੀ ਕੁਲ ਹਾਂ, ਸਾਡਾ ਫਰਜ਼ ਬਣਦਾ ਜੋ ਸਾਡੇ ਗੁਰੂ ਸਾਹਿਬ ਨੇ ਕਿਹਾ ਉਹ ਉਸਦੇ ਉਹਨਾਂ ਦੇ ਪੂਰਨਿਆਂ ਦੇ ਉੱਤੇ ਪੂਰੇ ਚੜੀਏ। ਇਸ ਕਰਕੇ ਅਸੀਂ ਇਹ ਹੱਥ ਪਾਇਆ ਵਾ, ਕੋਈ ਵੀ ਜਿਹਨੇ ਸਿੱਖ ਕੌਮ ਦੇ ਉੱਤੇ ਜ਼ੁਲਮ ਕੀਤਾ ਭਾਵੇਂ ਉਹ ਸਿੱਖੀ ਸਰੂਪ ਚ ਤੇ ਭਾਵੇਂ ਸਿੱਖੀ ਸਰੂਪ ਦੇ ਵਿੱਚ ਨਹੀਂ, ਉਸ ਨੂੰ ਸੂਈ ਦੇ ਨੱਕੇ ਥਾਣੀ ਨਿਕਲਣਾ ਪਏਗਾ, ਭਾਵੇਂ ਉੱਥੇ ਬਾਦਲ ਹੋਵੇ ਤੇ ਭਾਵੇਂ ਮਨਮੋਹਨ ਸਿੰਘ ਹੋਵੇ ਤੇ ਭਾਵੇਂ ਸੋਨੀਆ ਗਾਂਧੀ ਹੋਵੇ। ਇਸ ਕਰਕੇ ਅਸੀਂ ਗੁਰੂ ਦੇ ਨਾਲ ਵਾਅਦਾ ਕੀਤਾ ਕਿ ਜਿੰਨਾ ਚਿਰ ਤੱਕ ਅਰਦਾਸ ਕੀਤੀ ਇਸ ਦਾ ਬਿਲਕੁਲ ਗੁਰੂ ਦਾ ਆਸਰਾ ਲੈ ਕੇ ਜਾਂਦੇ ਹਾਂ। ਛੇਵੇਂ ਪਾਤਸ਼ਾਹ ਦੇ ਤਖ਼ਤ ਦੇ ਉੱਤੋਂ ਅਸੀਂ ਸਮਰਪਿਤ ਹਾਂ, ਕੋਈ ਵੀ ਚੀਜ਼ ਹੋਵੇ ਜਿਹੜਾ ਅਸੀਂ ਕੰਮ ਕਰ ਰਹੇ ਹਾਂ ਇੱਕ ਕਾਪੀ ਅਸੀਂ ਜ਼ਰੂਰ ਅਕਾਲ ਤਖ਼ਤ ਸਾਹਿਬ ਦੇ ਉੱਤੇ ਰੱਖਦੇ ਹਾਂ। ਪਹਿਲਾਂ ਕਦੀ ਡਾਕੂਮੈਂਟਸ ਨਹੀਂ ਸੀ ਹੋਇਆ ਕਰਦੇ ਜਿਹੜੀ ਸਾਨੂੰ ਭਰਾ ਨੂੰ ਸਿੱਖਾਂ ਨੂੰ ਪਈ। ਖਾਲੜਾ ਸਾਹਿਬ ਨੇ ਬੜਾ ਕੰਮ ਕੀਤਾ, ਸਿਰ ਝੁਕਦਾ ਹੈ ਉਹਨਾਂ ਗਾੜੀ ਸਿੱਖਾਂ ਗਾੜੀ, ਪਰ ਸਾਡੀ ਬਦਕਿਸਮਤ ਇਹ ਜਿਹੜੇ ਡਾਕੂਮੈਂਟ ਸੀ ਅਸੀਂ ਕਿਸੇ ਪਾਸੇ ਉਹ ਕੰਪਿਊਟਰ ਦੇ ਵਿੱਚ ਜਾਂ ਕਿਸੇ ਪਾਸੇ ਨਹੀਂ ਰੱਖ ਸਕੇ। ਅੱਜ ਜਿਹੜਾ ਸਾਰਾ ਪ੍ਰੋਗਰਾਮ ਕੀਤਾ ਜਾ ਰਿਹਾ ਉਹ ਭਾਈ ਕੰਪਿਊਟਰ ਆ, ਆਲ ਓਵਰ ਦਾ ਵਰਲਡ ਆ, ਇੱਕ ਕੰਪਿਊਟਰ ਤੋੜ ਦੇਣਗੇ ਬਾਕੀ ਕੰਪਿਊਟਰ ਨਿਕਲੇਗਾ। ਸਾਡੀ ਨਵੀਂ ਜਨਰੇਸ਼ਨ ਜਿਹੜੀ ਆ ਜੇ ਅੱਜ ਸਾਨੂੰ ਕੋਈ ਮਾਰ ਦਿੰਦਾ ਜਾਂ ਸਾਡੇ ਲੀਗਲ ਐਡਵਾਈਜ਼ਰ ਨੂੰ ਜਾਂ ਸਾਡੀ ਟੀਮ ਨੂੰ, ਤੇ ਆਉਣ ਵਾਲੀ ਸਾਡੀ ਜਿਹੜੀ ਸਿੱਖਾਂ ਦੀ ਜਨਰੇਸ਼ਨ ਆ ਜਿਹੜੀ ਕੁੰਡਲੀ ਸਾਹਿਬ ਆ ਗੁਰੂ ਸਾਹਿਬ ਨੇ ਕਿਹਾ ਇਹ ਜੀਦਾ ਵਾ ਇਹ ਇਸ ਚੀਜ਼ ਨੂੰ ਗਾੜੀ ਦਾ ਲੈ ਕੇ ਤੋਰੇਗਾ। ਇਸੇ ਕਰਕੇ ਅਸੀਂ ਬੇਨਤੀ ਸਾਰਿਆਂ ਨੂੰ ਕਰਦੇ ਹਾਂ ਵੀ ਇਹ ਕਾਰਜ ਜਿਹੜਾ ਕੌਮ ਦਾ ਵਾ ਕੌਮ ਦੇ ਕਾਰਜ ਨਾਲ ਚੱਲੋ, ਉਹਦੇ ਵਿੱਚ ਸਭ ਕੁਝ ਬਰਕਤਾਂ। ਠੀਕ ਹੈ ਜੀ, ਤੁਹਾਡੇ ਨਾਲ ਬੈਠੇ ਹਨ ਭਾਈ ਸਰਜਿੰਦਰ ਸਿੰਘ ਜੀ ਥਾਣਾ, ਜਿਹਨਾਂ ਦਾ ਕਿ ਪੰਥਕ ਹਲਕਿਆਂ ਵਿੱਚ ਬੜੀ ਡੂੰਘੀ ਜਾਣ ਪਹਿਚਾਣ ਹੈ, ਬੜੇ ਲੰਬੇ ਸਮੇਂ ਤੋਂ ਇਹਨਾਂ ਨੇ ਸੰਘਰਸ਼ ਆਪਣੇ ਪਿੰਡੇ ਤੇ ਹੰਢਾਇਆ ਹੈ, ਤੇ ਇਹੀ ਕਾਰਨ ਹੈ ਕਿ ਇਸ ਸਿੱਖ ਕੌਮ ਦੀ ਇਨਸਾਫ਼ ਦੀ ਜੋ ਤੁਸੀਂ ਲਹਿਰ ਚਲਾ ਰਹੇ ਹਾਂ ਸਿੱਖ ਫੋਰ ਜਸਟਿਸ ਵੱਲੋਂ ਉਸ ਦੇ ਵਿੱਚ ਇਹਨਾਂ ਦੇ ਨਾਲ ਤੁਹਾਡੇ ਇਹ ਪੂਰਾ ਕਰ ਰਹੇ। ਮੈਂ ਇਹਨਾਂ ਨੂੰ ਬੇਨਤੀ ਕਰੂੰਗਾ ਕਿ ਤੁਸੀਂ ਵੀ ਇਸ ਦੇ ਸੰਬੰਧ ਵਿੱਚ ਸੰਗਤਾਂ ਨੂੰ ਆਪਣੇ ਕੋਲੋਂ ਜੋ ਵੀ ਕਹਿਣਾ ਚਾਹੋ ਖੁੱਲ ਕੇ ਕਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਸਮੂਹ ਆਪਣੇ ਜਿਹੜੇ ਸਰੋਤੇ ਨੇ ਟੀਵੀ ਚੈਨਲ ਤੋਂ ਔਰ ਸਾਰਿਆਂ ਦਾ ਮੈਂ ਚਾਹੁੰਦਾ ਕਿ ਬੇਨਤੀ ਕਰਦਾ ਕਿ ਪਹਿਲਾਂ ਫਤਿਹ ਪ੍ਰਵਾਨ ਕਰਨ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਪਰੰਤ ਜਿਵੇਂ ਸਾਡੇ ਪ੍ਰਧਾਨ ਪੰਨੂ ਸਾਹਿਬ ਨੇ ਦੱਸਿਆ, ਜਿਵੇਂ ਭਾਈ ਜਸਬੀਰ ਸਿੰਘ ਨੇ ਦੱਸਿਆ ਕਿ ਜਿਸ ਤਰੀਕੇ ਨਾਲ ਤੁਸੀਂ ਇਹਨਾਂ ਤੋਂ ਸਵਾਲ ਪੁੱਛੇ ਹੈ ਇਹਨਾਂ ਤੁਹਾਨੂੰ ਜਵਾਬ ਦਿੱਤਾ, ਇਹਦੇ ਵਿੱਚੋਂ ਮੇਰਾ ਇੱਕ ਮਨ ਚ ਵਿਚਾਰ ਆਇਆ ਵੀ ਜਿਵੇਂ ਤੁਸੀਂ ਇੱਕ ਸਵਾਲ ਕੀਤਾ ਕਿ ਤੁਹਾਨੂੰ ਕੋਈ ਮੁਸ਼ਕਲਾਂ ਵੀ ਆਈਆਂ, ਮੁਸ਼ਕਲਾਂ ਇਹ ਸਾਡੇ ਪਹਿਲਾਂ ਜਦੋਂ 2007 ਵਿੱਚ ਅਸੀਂ ਚੱਲੇ ਹਾਂ ਇਸ ਪੱਖ ਦੇ ਵਿੱਚ, ਤੇ 2 ਕੁ ਸਾਲ ਤਾਂ ਪਹਿਲਾਂ ਸਰਕਾਰ ਜਿਹੜੀ ਸੀ ਇੰਡੀਆ ਦੀ ਸਰਕਾਰ ਉਹਨਾਂ ਨੂੰ ਇਸ ਗੱਲ ਦਾ ਭੈਮਸਾ ਹੀ ਨਹੀਂ ਸੀ ਕਿ ਇਹ ਕੋਈ ਲੋਕ ਜਿਹੜੇ ਨੇ ਇਹ ਚੱਲੇ ਨੇ ਇਹ ਕੀ ਕਰ ਸਕਦੇ ਜਾਂ ਇਸ ਲੈਵਲ ਤੇ ਪਹੁੰਚਣਗੇ। ਜਦੋਂ ਤੋਂ ਉਹਨਾਂ ਨੂੰ ਇਹ ਗੱਲ ਸਮਝ ਆਈ ਕਿ ਇਹ ਲੋਕ ਜਿਹੜੇ ਆ ਇਹ ਪਹਿਲੇ ਲੋਕ ਜਿਹੜੇ ਸੀ, ਜਿਵੇਂ ਪਹਿਲਾਂ ਲੋਕ ਆਪਣੀ ਐਕਟੀਵਿਟੀ ਜਥੇਬੰਦੀਆਂ ਕਰਦੀਆਂ ਸੀ ਉਹਨਾਂ ਤੋਂ ਇੱਕ ਨਵੇਕਲੇ ਨੇ, ਇਹ ਕਾਨੂੰਨੀ ਕਾਰਵਾਈ ਹੋ ਸਕਦਾ ਕਿ ਕਿਤੇ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਇੰਟਰਨੈਸ਼ਨਲ ਕੋਰਟ ਆਫ ਜਿਹੜੀ ਕ੍ਰਿਮੀਨਲ ਆ ਉੱਥੋਂ ਤੱਕ ਲਿਜਾ ਕੇ ਕਿਤੇ ਇਹ ਨਾ ਹੋਵੇ ਨੰਗਿਆ ਕਰ ਦੇਣਾ, ਫਿਰ ਉਹਨਾਂ ਨੇ ਸਾਡੇ ਤੇ ਦਬਾਅ ਪਾਉਣਾ ਪੂਰਾ ਸ਼ੁਰੂ ਕੀਤਾ। ਪ੍ਰਧਾਨ ਸਾਹਿਬ ਦੇ ਘਰ ਵੀ ਬਹੁਤ ਵਾਰੀ ਪੁਲਿਸ ਗਈ ਹੈ, ਸਾਡੇ ਵੀ ਚਲੋ ਜਾਂਦੀ ਹੈ, ਇਹ ਵੀ ਧਮਕੀਆਂ ਮਿਲੀਆਂ ਤੁਹਾਡੀਆਂ ਜ਼ਮੀਨਾਂ ਕੋਲ ਖੋ ਜਾਣਗੀਆਂ, ਕੋਈ ਸ਼ੱਕ ਨਹੀਂ, ਦਬਕੇ ਵੀ ਵੱਜੇ ਨੇ।
ਪਰ ਗੁਰੂ ਮਹਾਰਾਜ ਦੀ ਬਖਸ਼ਿਸ਼ ਨਾਲ ਤੇ ਆਪ ਸਾਰੇ ਜਥੇਬੰਦੀਆਂ ਦੇ ਸਹਿਯੋਗ ਨਾਲ, ਸੰਗਤ ਦੇ ਸਹਿਯੋਗ ਨਾਲ ਗੁਰੂ ਮਹਾਰਾਜ ਨੇ ਇੰਨੀ ਬਖਸ਼ਿਸ਼ ਕੀਤੀ ਹੈ ਵੀ ਜਿੰਨੇ ਕੁ ਸਾਡੇ ਕੋਆਰਡੀਨੇਟਰ ਜਿਹੜੇ ਸਾਹਮਣੇ ਨੇ ਉਹਨਾਂ ਨੇ ਤੇ ਵੈਸੇ ਹੀ ਕਹਿ ਦਿੱਤਾ ਹੈ ਕਿ ਕੋਈ ਗੱਲ ਨਹੀਂ, ਸਾਡੀਆਂ ਜ਼ਮੀਨਾਂ ਕੁਰਕ ਹੋ ਜਾਣ ਜਾਂ ਕੁਛ ਵੀ ਹੋ ਜਾਣਾ, ਜਿਹੜੇ ਸਾਡੇ ਇਹਨਾਂ ਤਸੱਦਦ ਹੋਇਆ ਵਾ ਉਸ ਤੋਂ ਪਿੱਛਾ ਨਹੀਂ ਮੁੜਨਾ। ਸੈਕਿੰਡਲੀ ਇਹ ਆ ਵੀ ਜਿਹੜੇ ਤਕਰੀਬਨ ਸਾਡੇ ਇਹ ਜਿਹੜੇ ਸਾਡੇ ਕੋਆਰਡੀਨੇਟਰ ਨੇ, ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਵੀ ਕੋਈ ਆਪਾਂ ਇਲੀਗਲ ਕੰਮ ਨਹੀਂ ਕਰਨਾ, ਕੋਈ ਵੀ ਕਿਸੇ ਗੈਰ ਸੰਵਿਧਾਨਿਕ ਕੰਮ ਨਹੀਂ ਕਰਨਾ ਵੀ ਜਿਸ ਦੇ ਨਾਲ ਅਸੀਂ ਕ੍ਰਿਮੀਨਲ ਸ਼ੋ ਜਾਂ ਸਾਡੇ ਤੇ ਕੋਈ ਝੂਠਾ ਇਲਜ਼ਾਮ ਜਿਸ ਤਰ੍ਹਾਂ ਇੰਡੀਆ ਦੀ ਤਰ੍ਹਾਂ ਲਾਉਂਦੇ ਸੀਗੇ ਉਸ ਤਰ੍ਹਾਂ ਲੱਗ ਸਕੇ। ਅਸੀਂ ਸਾਰੇ ਸਰੋਤਿਆਂ ਨੂੰ ਬੇਨਤੀ ਕਰਦੇ ਹਾਂ, ਸਾਰੇ ਭਰਾਵਾਂ ਨੂੰ, ਸਿੱਖ ਸੰਗਤ ਨੂੰ, ਸਾਰੇ ਨੂੰ ਬੇਨਤੀ ਕਰਦੇ ਹਾਂ ਵੀ ਜਿਸ ਵੀ ਭਰਾ ਦੇ ਨਾਲ ਸਾਡਾ ਸਹਿਯੋਗ ਦੇਣਾ ਹੋਵੇ ਆਪਣਾ ਸਹਿਯੋਗ ਤੁਸੀਂ ਆਪ ਕਰਨਾ, ਸਿੱਖ ਕੌਮ ਨੇ ਕਰਨਾ। ਇੱਕ ਵੱਖਰੀ ਗੱਲ ਆ ਕਿ ਜਿਹੜੇ ਗੁਰਪਤਵੰਤ ਸਿੰਘ ਪੰਨੂ ਹੋਣੀ, ਅਵਤਾਰ ਸਿੰਘ ਪੰਨੂ ਹੋਣੀ, ਡਾਕਟਰ ਸੰਧੂ ਹੋਣੀ, ਜਤਿੰਦਰ ਸਿੰਘ ਗਰੇਵਾਲ ਹੋਣੀ, ਜਸਵੀਰ ਸਿੰਘ ਹੋਣੀ, ਇਹ ਜਿਹੜੇ ਵੀ ਭਰਾ ਅੱਗੇ ਲੱਗੇ ਨੇ, ਇਹਨਾਂ ਦੇ ਮੱਥੇ ਤੇ ਮਸਤਕ ਤੇ ਗੁਰੂ ਸਾਹਿਬ ਨੇ ਕੋਈ ਇਹਨਾਂ ਨੇ ਜਾਂ ਬਖਸ਼ਿਸ਼ ਕੀਤੀ ਹੈ, ਇਹ ਅੱਗੇ ਲੱਗੇ ਨੇ। ਪਰ ਇਹ ਸਾਰੀ ਕੌਮ ਦਾ ਆਪਣਾ ਕੰਮ ਆ, ਆਪਣਾ ਕੰਮ ਚੱਲਣ ਵਾਸਤੇ ਆਪੋ ਆਪਣੇ ਮੱਤ ਭੇਦਾਂ ਤੋਂ ਜਿੱਥੇ ਜਿੱਥੇ ਵੀ ਕਿਤੇ ਹੈਗੇ ਨੇ ਉਹਨਾਂ ਨੂੰ ਆਪਣੇ ਆਪਣੇ ਥਾਂ ਤੇ ਰੱਖਦਿਆਂ ਹੋਇਆਂ ਆਪਣੇ ਇੱਥੋਂ ਉੱਪਰ ਉੱਠ ਕੇ ਇਹ ਜਿਹੜਾ ਇਨਸਾਫ ਆ, ਇਹ ਲੋਕ ਜਿਹੜੇ ਮਾਰੇ ਗਏ, ਸਾਡੇ ਭਰਾ ਮਾਰੇ ਗਏ ਨੇ, ਜਿਹੜੀ ਬੇਅਦਬੀ ਕੀਤੀ ਗਈ ਆ, ਜਾਂ ਜਿਹੜੇ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਤੋਂ ਬਾਅਦ ਸਾਡੇ ਗੁਰਦੁਆਰੇ ਬਿਠਾਏ ਗਏ ਨੇ, ਜਿਵੇਂ ਕਿ 17 ਸਟੇਟਾਂ ਦੇ ਪਰੂਫ ਨੇ, 17 ਸਟੇਟਾਂ ਵਿੱਚ ਗੁਰਦੁਆਰੇ ਢਾਏ ਗਏ, ਸਾਡੇ ਜਿਹੜੇ ਸਿੱਖ ਭਰਾ ਸੀਗੇ ਉਹਨਾਂ ਨੂੰ ਕਿਵੇਂ ਕਿਵੇਂ ਮਾਰਿਆ ਗਿਆ, ਉਹਨਾਂ ਸਾਰਿਆਂ ਦੇ ਇਨਸਾਫ ਵਾਸਤੇ ਜਿਹੜੇ ਮਰੇ ਲੋਕ ਨੇ ਉਹ ਬੋਲਦੇ ਨਹੀਂ ਹੁੰਦੇ, ਬੋਲਣਾ ਕਿਹਨਾਂ ਨੇ ਆ, ਰਿਸਪੋਂਸੀਬਿਲਿਟੀ ਬਣਦੀ ਹੈ ਸਾਡੀ ਸਿੱਖ ਕੌਮ ਦੀ ਬਣਦੀ ਹੈ, ਕਿਉਂ ਕਿ ਅਸੀਂ ਸਿੱਖ ਹਾਂ, ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਗਈ, ਅਸੀਂ ਇਕੱਠੇ ਹੋ ਕੇ ਹੰਬਲਾ ਮਾਰ ਕੇ ਭਾਵੇਂ ਅੱਜ ਅਸੀਂ ਜਾ ਰਹੇ ਹਾਂ ਯੂਨਾਈਟਿਡ ਨੇਸ਼ਨ ਸਵਿਟਰਲੈਂਡ ਜਿਨੇਵਾ ਜਾ ਰਹੇ ਹਾਂ 1 ਤਰੀਕ ਨੂੰ, ਇਹ ਸਾਡੀ ਇੱਥੇ ਸਮਾਪਤੀ ਨਹੀਂ। ਇਸ ਤੋਂ ਅੱਗੇ ਅਗਰ ਸਾਨੂੰ ਇੰਟਰਨਲ ਕੋਰਟ ਆਫ ਕ੍ਰਿਮੀਨਲ ਜਾਣਾ ਪੈ ਗਿਆ ਜਾਂ ਇੰਟਰਨਲ ਕੋਰਟ ਆਫ ਜਸਟਿਸ ਵੀ ਜਾਣਾ ਪੈ ਗਿਆ, ਅਸੀਂ ਹਰ ਸਟੈਪ ਨੂੰ ਕਵਰ ਕਰੀਏ, ਇਕੱਠੇ ਹੋ ਕੇ ਕਰੀਏ ਤੇ ਮਿਲ ਜੁਲ ਕੇ ਕਰੀਏ ਤੇ ਇੱਥੋਂ ਤੱਕ ਕਰੀਏ ਕਿ ਆਪਣੀ ਆਵਾਜ਼ ਜਿਹੜੀ ਆ ਇਨਸਾਫਾਂ 'ਤੇ ਇੰਨੀ ਬੁਲੰਦ ਹੋਵੇ ਕਿ ਜਿਹੜੇ ਆਉਣ ਵਾਲੇ ਸਮੇਂ ਵਿੱਚ ਭਾਵੇਂ ਇੰਡੀਆ ਦੀ ਸਰਕਾਰ ਕਿਸੇ ਰੂਪ ਵਿੱਚ ਵੀ ਹੋਵੇ ਉਹ ਦੁਬਾਰਾ ਸਿੱਖਾਂ ਨਾਲ ਇਹੋ ਜਿਹਾ ਕੋਈ ਕੰਮ ਨਾ ਕਰ ਸਕੇ। ਥਾਣਾ ਸਾਹਿਬ ਇੱਕ ਹੋਰ ਥੋੜ੍ਹਾ ਕਲੀਅਰ ਕਰੋ, ਇਹ ਜਿਹੜੀ ਤੁਸੀਂ ਆਪਾਂ ਪਟੀਸ਼ਨ ਪਾਉਣ ਜਾ ਰਹੇ ਹਾਂ 1 ਤਰੀਕ ਨੂੰ, ਇਸ ਦਾ ਮਕਸਦ ਜਿਹੜਾ, ਚਲੋ ਇਨਸਾਫ ਤਾਂ ਹੈ ਹੀ ਜਿਵੇਂ ਆਪਾਂ ਆਮ ਤੌਰ 'ਤੇ ਆਮ ਆਪਣੇ ਸਿੱਖਾਂ ਦੇ ਵਿੱਚ ਜਾਂ ਗੌਰਮੈਂਟ ਨੇ ਵੀ, ਆਪਾਂ ਇਹ ਬੜੇ ਲੰਬੇ ਸਮੇਂ ਦੇਖਦੇ ਹਾਂ ਕਿ ਦਿੱਲੀ ਦੰਗੇ ਹੋਏ ਆ, ਤੁਹਾਡਾ ਮਕਸਦ ਇਸ ਨੂੰ ਇਸ ਪਟੀਸ਼ਨ ਰਾਹੀਂ ਜਿਵੇਂ 10 ਲੱਖ ਦਸਤੀ ਮੁਹਿੰਮ ਚਲਾ ਕੇ ਉੱਥੇ ਇੱਕ ਬੜੀ ਤਹਿਲੀ ਰੈਲੀ ਕਰਕੇ ਇਸ ਨੂੰ ਤੁਸੀਂ ਇਹ ਕਰਾਰ ਦੇਣਾ ਹੈ ਕਿ ਸਿੱਖਾਂ ਦੇ ਨਾਲ ਦੰਗੇ ਨਹੀਂ, ਕਿ ਸਿੱਖਾਂ ਦੇ ਸਿੱਖ ਕੌਮ ਦੇ ਨਾਲ 1984 ਵਿੱਚ ਸਰਕਾਰੀ ਕਤਲੇਆਮ ਜਾਂ ਨਸਲ ਕੁਦੀ ਹੋਈ ਹੈ, ਇਸ ਦੇ ਬਾਰੇ ਥੋੜਾ ਦੱਸੋ। ਇਹ ਬਿਲਕੁਲ ਸਪਸ਼ਟ ਹੈ ਜੀ, ਆਪ ਜੀ ਦਾ ਸਵਾਲ ਬੜਾ ਚੰਗਾ ਆ ਕਿ ਜਿਸ ਤਰੀਕੇ ਨਾਲ ਗੌਰਮੈਂਟ ਦੇ ਮੀਡੀਆ ਦੇ ਥਰੂ ਆਪਣੇ ਹੀ ਉਹਨਾਂ ਦੇ ਬੁੱਧੀਜੀਵੀ ਲੋਕਾਂ ਦੇ ਥਰੂ ਇਹ ਸਾਡੇ ਸਿੱਖ ਕੌਮ ਦੇ ਮਨ ਵਿੱਚ ਇੱਕ ਸ਼ਬਦ ਪਾ ਦਿੱਤਾ ਸੀਗਾ, ਦਿੱਲੀ ਸਿੱਖ ਵਿਰੋਧੀ ਦੰਗੇ। ਉਸ ਨੂੰ ਅਸੀਂ ਪਹਿਲਾਂ ਇਹ ਸਪਸ਼ਟ ਕਰ ਦਈਏ ਕਿ ਪਹਿਲਾਂ ਅਸੀਂ ਨਸ਼ਲਕੁਸ਼ੀ ਨੂੰ ਜਦੋਂ ਐਲਾਨਿਆ ਸੀਗਾ 2007 ਵਿੱਚ, ਸਭ ਤੋਂ ਪਹਿਲਾਂ ਅਸੀਂ ਉੱਥੇ ਇੱਕ ਧਾਰਮਿਕ ਸੰਮੇਲਨ ਕਰਾਇਆ ਸੀ, ਸਰਵ ਧਰਮ ਸੰਮੇਲਨ ਕਰਾਇਆ ਸੀਗਾ, ਉਹਦੇ ਵਿੱਚ ਅਸੀਂ ਅਪਰੂਵਲ ਲਈ ਸੀ ਇਸ ਗੱਲ ਦੀ। ਉਹਦੇ ਵਿੱਚ ਹਿੰਦੂ ਧਰਮ ਦੇ ਵੀ ਸੰਤ ਆਏ ਸੀ, ਉਹਦੇ ਵਿੱਚ ਸਾਡੇ ਜਥੇਦਾਰ ਸਾਹਿਬਾਨ ਵੀ ਗਏ ਸੀ, ਉਹਦੇ ਵਿੱਚ ਮੁਸਲਿਮ ਜਿਹੜੇ ਸੀ ਸਾਡੇ ਜਿਹੜੇ ਆਪਣੇ ਮੌਲਵੀ ਉਹ ਵੀ ਆਏ ਸੀ, ਉਹਨਾਂ ਤੋਂ ਇਸ ਬੋਧਨ ਕਰਿਆ, ਇਹ ਸਪਸ਼ਟ ਕਰਵਾਇਆ ਸੀ ਕਿ ਇਹ ਇੱਕ ਦੰਗੇ ਨਹੀਂ, ਜਦੋਂ ਕਿ ਯੂਨਾਈਟਿਡ ਨੇਸ਼ਨ ਦਾ ਜਿਹੜਾ ਨੰਬਰ 2 ਸੈਕਸ਼ਨ ਆ ਉਹਦੇ ਮੁਤਾਬਕ ਇਹ ਜਿਸੇ ਵੀ ਕਿਸੇ ਕੌਮ ਦਾ ਜਾਂ ਕਿਸੇ ਧਰਮ ਦਾ ਜਾਂ ਕਿਸੇ ਫਿਰਕੇ ਦੇ 7 ਆਦਮੀਆਂ ਤੋਂ ਵੱਧ ਇਕੱਠੇ ਆਦਮੀ ਮਾਰੇ ਜਾਣ, ਲੋਕ ਮਾਰੇ ਜਾਣ, ਉਹਨਾਂ ਨੂੰ ਤੁਸੀਂ ਇੱਕ ਦੰਗੇ ਦੇ ਰੂਪ 'ਚ ਨਹੀਂ ਕਹਿ ਸਕਦੇ, ਉਹਨੂੰ ਤੁਸੀਂ ਸਿੱਖ ਇੱਕ ਜਨਰਲ ਕਹਿ ਸਕਦੇ ਹੋ। ਅਤੇ ਉਸ ਵਕਤ ਜਿਹੜਾ 84 ਨਵੰਬਰ ਵਿੱਚ ਕਤਲੇਆਮ ਹੋਇਆ ਉਹਦੇ ਵਿੱਚ ਇੱਕ ਵੀ ਸਿੱਖ ਦਾ ਅਗੇਂਸਟ ਕੋਈ ਕੇਸ ਅਗੇਂਸਟ ਨਹੀਂ ਹੈਗਾ, ਜਿਹੜਾ 17 ਸਟੇਟਾਂ ਦੇ ਵਿੱਚ ਸਿੱਖਾਂ ਨੂੰ ਮਾਰਿਆ ਗਿਆ। ਸੋ ਇਸ ਨੂੰ ਅਪਰੂਵਲ 'ਤੇ ਜਿਹੜੀ ਕਰਾਉਣੀ ਹੈ ਨਾਲ, ਲੇਕਿਨ ਜਿਹੜਾ ਸਾਡਾ ਯੂਨਾਈਟਿਡ ਨੇਸ਼ਨ ਦਾ ਮਕਸਦ ਇਹ ਨਾਲ ਇਹ ਵੀ ਹੈ ਕਿ ਇਕੱਲਾ ਮਕਸਦ ਇਹ ਨਹੀਂ ਕਿ ਇਕੱਲਾ ਅਪਰੂਵਲ ਤੱਕ ਅਪਰੂਵਲ ਵੀ ਕਰਾਉਣੀ ਹੈ ਅਤੇ ਨਾਲ ਦੀ ਨਾਲ ਜੋ ਯੂਨਾਈਟਿਡ ਨੇਸ਼ਨ ਦਾ ਸਾਡਾ ਇਹ
प्रोसैस है लीगल प्रोसैस ओनू कंप्लीट करना है ता कि उस उपरंत ए अपना दबाव पूरा बना सिख कौम का फर्ज बनता अपनी जी मंग है जो सा बेइंसाफी हटना हुई है ओनू बार बार इस यूनाइटेड का ड्यूटी बन गई है 1945 जो इंडिया सरकार उन्हें इस मदा साइन किए हुए ने कि मेरे देश इंडिया देश में किसी कौम का किसी फिरके का यह नस्लकुशी नहीं की जाऊगी उसने भंग किया असं चाहते हैं कि यूनाइटेड नेशन तो अं दबाव पा के उन्होंने स्पष्ट करिए कि साड़ी नस्लकुशी की गई है और सानू सेफ कित्थे करना यह ड्यूटी बनती है लीगल तौर पर यूनाइटेड नेशन की सानू सेफ तो कित्थे हड़ी जगह बननी चाहती है इस लैवल के उत्ते जाके असं उन्हें फोर्स करना चाहते हैं उस तो उपरंत अगर सानू यूनाइटेड नेशन परमिशन देगी जहाँ यह लोग कट्ठ हों फिर अं इंटरनल कोर्ट ऑफ जस्टिस इंटरनल कोर्ट ऑफ जी क्रिमिनल है उस तक जाके जो क्रिमिनल लोग ने उन्होंने सजावं देने तक पूरी कोशिश करेंगे। अच्छा भाई साहब जिस तरह तुम अज इतने साडे गुरुद्वारा साहिब पहुंचे हैं अपने को 10-12 दिन का होर समा आ ਤੁਸੀਂ ਕੋਈ ਵੈਸੇ ਤਾਂ ਤੁਹਾਡੀ ਟੀਮ ਮੈਂ ਵੇਖੀ ਆ ਇਟਲੀ ਦੇ ਵਿੱਚ ਵੀ ਇੰਗਲੈਂਡ ਦੇ ਵਿੱਚ ਵੀ ਪਹਿਲਾਂ ਹੀ ਪਹੁੰਚੀ ਹੋਈ ਹੈ ਜਿਵੇਂ ਹੋਲੈਂਡ ਬੈਲਜੀਅਮ ਜਾਂ ਜਰਮਨ ਦੇ ਹੋਰ ਬਾਕੀ ਸ਼ਹਿਰ ਆ ਤੁਸੀਂ ਕੋਈ ਇੱਥੇ ਬਾਕੀ ਪਲਾਨ ਤੁਹਾਡਾ ਬਣ ਚੁੱਕਾ ਕਿਸ ਤਰ੍ਹਾਂ ਲੋਕਾਂ ਨਾਲ ਕੰਟੈਕਟ ਕਰਨਾ ਕਿਸ ਤਰ੍ਹਾਂ ਜਾਂ ਜਿੱਦਾਂ ਸਾਰਾ ਕੋਈ ਆਪਣਾ ਬਣਾਇਆ ਪ੍ਰੋਗਰਾਮ ਜਾਂ ਇਸ ਬਾਰੇ ਬਿਲਕੁਲ ਜੀ ਕਿ ਜਿਵੇਂ ਆਪ ਜੀ ਜਰਮਨ ਵਿੱਚ ਰਹਿੰਦੇ ਹੋ ਇੱਥੇ ਫਰੈਂਕਫੋਰਟ ਇੱਥੇ ਕੋਲਨ ਸੰਗਤ ਨਾਲ ਪ੍ਰਬੰਧ ਕੀਤਾ ਗਿਆ ਹਮਬਰਗ ਨਾਲ ਕੀਤਾ ਗਿਆ ਡੋਸਲਡੋਰਫ ਕੀਤਾ ਗਿਆ ਮੰਗਦਾ ਨੇ ਕੀਤਾ ਗਿਆ ਬਰਲਿਨ ਤੱਕ ਪ੍ਰਬੰਧ ਕੀਤਾ ਗਿਆ ਕੋਸ਼ਿਸ਼ ਕਰ ਰਹੇ ਹਾਂ ਅਸੀਂ ਆਪ ਨੂੰ ਵੀ ਬੇਨਤੀ ਕਰਦੇ ਹਾਂ ਵੀ ਜਿੱਥੇ ਤੱਕ ਸਾਡੀ ਟੀਮ ਦਾ ਮਤਲਬ ਕਿਤੇ ਨਹੀਂ ਸਾਡੀ ਪਹੁੰਚ ਹੋਈ ਸਾਨੂੰ ਤੁਸੀਂ ਵੀ ਦੱਸੋ ਵੀ ਕਿੱਥੇ ਕਿੱਥੇ ਅਸੀਂ ਤੁਹਾਨੂੰ ਦੱਸਾਂਗੇ ਸਾਡੀ ਜਿੱਥੇ ਅੱਜ ਜਿਵੇਂ ਦੱਸਿਆ ਆਪ ਨੂੰ ਇਹਨਾਂ ਸ਼ਹਿਰਾਂ 'ਚ ਸਾਡਾ ਪ੍ਰਬੰਧ ਹੈ ਜਿਵੇਂ ਸਕੈਂਡੀਨੇਵੀਆ 'ਚ ਨਾਰਵੇ ਸਵੀਡਨ ਵਿੱਚ ਸਾਡੇ ਪ੍ਰਬੰਧ ਕੀਤਾ ਗਿਆ ਫਰਾਂਸ ਵਿੱਚ ਪੈਰਿਸ ਅਤੇ ਕੁਝ ਲਾਗੇ ਹੋਰ ਕਿਹੜੇ ਹੈਗੇ ਨੇ ਆਪਣੇ ਸ਼ਹਿਰ ਦੇ ਨਿੱਕੇ ਨਿੱਕੇ ਉਹਨਾਂ 'ਚ ਪ੍ਰਬੰਧ ਅਸੀਂ ਕਰ ਰਹੇ ਹਾਂ ਸਪੇਨ ਵਿੱਚ ਬਾਰਸੀਲੋਨਾ 'ਤੇ ਮੈਡ੍ਰਿਡ ਕਰ ਰਹੇ ਹਾਂ ਆਪਣੇ ਪੁਰਤਗਾਲ ਵਿੱਚ ਲਿਸਬਨ ਕਰ ਰਹੇ ਹਾਂ ਇਸੇ ਤਰ੍ਹਾਂ ਇਟਲੀ ਵਿੱਚ ਜਾਂ ਤਾਂ ਆਪ ਨੂੰ ਤਾਂ ਪਹਿਲਾਂ ਪਤਾ ਹੀ ਹੈ ਕਿ ਉੱਥੇ ਵੀ ਟੀਮ ਸਾਡੇ ਕੰਮ ਕਰ ਰਹੀ ਹੈ ਆਸਟ੍ਰੇਲੀਆ ਵਿੱਚ ਕਰ ਰਹੇ ਹਾਂ ਬੈਲਜੀਅਮ ਹਾਲੈਂਡ ਵਿੱਚ ਵੀ ਸਾਡੇ ਪ੍ਰਬੰਧ ਕੋਸ਼ਿਸ਼ ਕਰ ਰਹੇ ਹਾਂ ਇੰਗਲੈਂਡ ਵਿੱਚ ਸਾਰੇ ਕਰ ਰਹੇ ਹਾਂ ਇਸ ਤੱਕ ਆਪਣੀ ਕੈਨੇਡਾ ਅਤੇ ਇੰਗਲੈਂਡ ਆਪਣੇ ਅਮਰੀਕਾ ਤੋਂ ਵੀ ਸੰਗਤਾਂ ਆ ਰਹੀਆਂ ਨੇ ਇਸ ਤੱਕ ਸਾਡੀ ਖਾਲਸਾ ਦੀਵਾਨ ਸੁਸਾਇਟੀ ਜਿਹੜੀ ਹੈਗੀ ਆ ਹਾਂਗਕਾਂਗ ਉਹਦੇ ਨਾਲ ਵੀ ਸਾਡੀ ਗੱਲਬਾਤ ਹੋਈ ਹੈ ਸਾਡੇ ਆਸਟ੍ਰੇਲੀਆ ਵਿੱਚ ਵੀ ਅਤੇ ਨਿਊਜ਼ੀਲੈਂਡ ਵਿੱਚ ਗੱਲ ਹੋ ਚੁੱਕੀ ਹੈ ਪਰ ਕੋਸ਼ਿਸ਼ ਕਰ ਰਹੇ ਹਾਂ ਵੀ ਅਜੇ ਵੀ ਗਲੋਬਲ ਲੈਵਲ 'ਤੇ ਜਿੱਥੋਂ ਤੱਕ ਅਸੀਂ ਚਾਹੁੰਦੇ ਹਾਂ ਅਸੀਂ ਚਾਹੁੰਦੇ ਹਾਂ ਕਿ ਹਰ ਇੱਕ ਸਿੱਖ ਦੇ ਘਰ ਘਰ ਤੱਕ ਸਾਡੀ ਡਿਊਟੀ ਬਣਦੀ ਆ ਕਿ ਉਹਨਾਂ ਤੱਕ ਆਵਾਜ਼ ਪਹੁੰਚਾ ਦੇਈਏ ਮਤਾਂ ਕੋਈ ਇਹ ਨਾ ਸਾਨੂੰ ਇਹ ਕਵੇ ਕਿ ਸਾਡੇ ਤੱਕ ਆਵਾਜ਼ ਨਹੀਂ ਆਈ ਸਾਡੀ ਡਿਊਟੀ ਬਣਦੀ ਆ ਜਿਹੜਾ ਫਰਜ਼ ਆ ਅਸੀਂ ਆਪ ਨੂੰ ਬੇਨਤੀ ਸਾਰਿਆਂ ਨੂੰ ਕਰਾਂਗੇ ਜਿਹੜੇ ਜਿਹੜੇ ਵੀ ਸਰੋਤੇ ਸੁਣਦੇ ਉਹਨਾਂ ਨੂੰ ਵੀ ਬੇਨਤੀ ਸਾਰੇ ਕਰਦੇ ਹਾਂ ਵੀ ਜਿੱਥੋਂ ਜਿੱਥੋਂ ਤੱਕ ਤੁਹਾਡੀ ਆਵਾਜ਼ ਆਉਂਦੀ ਆ ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਭੈਣ ਭਰਾਵਾਂ ਨੂੰ ਉਹਨਾਂ ਨੂੰ ਫੋਨ ਦੇ ਉੱਤੇ ਇੰਟਰਨੈਟ ਦੇ ਉੱਤੇ ਈਮੇਲ ਦੇ ਥਰੂ ਮੈਸੇਜ ਜਿਵੇਂ ਕਿ ਮੀਡੀਆ ਹੈਗੀ ਇੰਟਰਨੈਟ ਮੀਡੀਆ ਨੇ ਉਹਨਾਂ ਥਰੂ ਜਾ ਕੇ ਉਹਨਾਂ ਤੱਕ ਜ਼ਰੂਰ ਇਹ ਮੈਸੇਜ ਪਹੁੰਚਾਓ ਕਿ ਇਹ ਸਾਡਾ ਡਿਊਟੀ ਬਣਦੀ ਮੋਰਲ ਡਿਊਟੀ ਹੈ ਕਿ ਅਸੀਂ ਜਨੇਵਾ ਪਹੁੰਚ ਕੇ ਅਸੀਂ ਇਹ ਪੂਰੀ ਜਿਹੜੀ ਆ ਕੌਮ ਦਾ ਸਾਥ ਦੇਈਏ ਥਾਣਾ ਸਾਹਿਬ ਆਪਾਂ ਮੈਂ ਦਰਸ਼ਕਾਂ ਨੂੰ ਦੱਸਦਾ ਜਾਵਾਂ ਕਿ ਸਿੱਖ ਫੋਰ ਜਸਟਿਸ ਦੀ ਸਮੁੱਚੀ ਟੀਮ ਪੂਰੇ ਯੂਰਪ ਵਿੱਚ ਹੀ ਇਹ ਵੱਖ ਵੱਖ ਸ਼ਹਿਰਾਂ ਵਿੱਚ ਵੱਖ ਵੱਖ ਗੁਰੂ ਘਰਾਂ ਵਿੱਚ ਬੜੇ 2 ਹਫ਼ਤਿਆਂ ਤੋਂ ਜਾਂ ਪਿਛਲੇ ਕਈ ਦਿਨਾਂ ਤੋਂ ਇਹ ਲਗਾਤਾਰ ਪ੍ਰਚਾਰ ਕਰਦੀ ਆ ਰਹੀ ਹੈ ਜਿਸ ਤਰ੍ਹਾਂ ਮੇਰੇ ਨਾਲ ਭਾਈ ਜਸਵੀਰ ਸਿੰਘ ਹੁਣੀ ਬੈਠੇ ਹਨ ਆਪਾਂ ਇਹਨਾਂ ਨੂੰ ਪਹਿਲਾਂ ਵੀ ਇਹਨਾਂ ਦੇ ਕਈ ਵਾਰੀ ਸਟੇਟਮੈਂਟਾਂ ਸੁਣੀਆਂ ਜਾਂ ਇਹਨਾਂ ਦੇ ਲੈਕਚਰ ਸੁਣੇ ਹਨ ਕਿੰਨਾ ਤਸ਼ੱਦਦ ਇਹਨਾਂ ਦੇ ਪਰਿਵਾਰ ਦੇ ਉੱਤੇ ਇਹ ਦੱਸਿਆ ਕਿ ਮੇਰੇ ਪਰਿਵਾਰ ਹੀ ਨਹੀਂ ਸਮੁੱਚਾ ਜੋ ਉੱਥੇ ਕਤਲੇਆਮ ਹੋਇਆ ਉਹ ਸਮੁੱਚਾ ਸਿੱਖ ਕੌਮ ਦਾ ਜੋ ਕਤਲੇਆਮ ਹੋਇਆ ਹੈ ਉਹ ਹੀ ਸਮੁੱਚਾ ਸਾਡਾ ਪਰਿਵਾਰ ਹੈ ਇਸ ਲਈ ਇਹਨਾਂ ਦੀਆਂ ਦਰਦ ਭਰੀਆਂ ਅਪੀਲਾਂ ਅਤੇ ਇਹ ਆਪਣੇ ਸਾਰੇ ਵੀਰ ਜਿਹੜੇ ਐਡੀ ਵੱਡੀ ਕੰਟਰੀ ਦੇ ਵਿੱਚੋਂ ਆਪਣੇ ਰੁਝੇਵਿਆਂ ਵਿੱਚੋਂ ਆਪਣੀਆਂ ਚੰਗੀਆਂ ਜੋਬਾਂ ਵਿੱਚੋਂ ਟਾਈਮ ਕੱਢ ਕੇ ਇੱਥੇ ਯੂਰਪ ਵਿੱਚ ਸਾਡੇ ਕੋਲ ਆਏ ਹਨ ਤੇ ਆਪਣਾ ਫਰਜ਼ ਬਣਦਾ ਹੈ ਕਿ ਜਿਹੜੀ ਜਨੇਵਾ ਆਪਾਂ ਨੂੰ ਲਾਗੇ ਪੈਂਦਾ ਹੈ ਆਪਾਂ ਵੀ ਆਪਣੇ ਟਾਈਮ ਕੱਢ ਕੇ ਉੱਥੇ ਪਹੁੰਚਣਾ ਹੈ ਤੇ ਇਹਨਾਂ ਦਾ ਆਇਆਂ ਦਾ ਜੋ ਇਹਨਾਂ ਦਾ ਇਨਸਾਫ਼ ਦੀ ਲਹਿਰ ਚਲਾਈ ਹੈ ਸਿੱਖ ਫੋਰ ਜਸਟਿਸ ਵੱਲੋਂ ਉਸ ਵਿੱਚ ਆਪਾਂ ਵੱਧ ਤੋਂ ਵੱਧ ਸਾਥ ਦੇਣਾ ਹੈ ਮੇਰੇ ਨਾਲ ਪ੍ਰਧਾਨ ਸਾਹਿਬ ਬੈਠੇ ਆ ਮੈਂ ਉਹਨਾਂ ਨੂੰ ਦੱਸੂਗਾ ਕਿ ਸ਼ਾਰਟਕੱਟ ਆਪਣੇ ਕੋਲ ਟਾਈਮ ਥੋੜਾ ਹੈ ਉਹ ਦੱਸਣ ਕਿ ਆਪਾਂ ਇੱਥੋਂ ਹੋਰ ਆਪਣਾ ਕੀ ਉਪਰਾਲਾ ਜਾਂ ਆਪਾਂ ਕੋਈ ਪ੍ਰਬੰਧ ਕੀਤੇ ਜਾਂ ਕਰ ਰਹੇ ਹਾਂ ਤਦ ਕੋਈ ਉੱਥੇ ਪਹੁੰਚਣਾ ਜਾਂ ਹੋਰ ਵੀ ਸੰਤਾਂ ਨੂੰ ਜਰਮਨ ਜੀ ਨੂੰ ਆਪਾਂ ਕੋਈ ਅਪੀਲ ਕਰਨੀ ਤਾਂ ਕਰ ਸਕਦੇ ਹਾਂ ਜਦੋਂ ਸਾਨੂੰ ਪਤਾ ਲੱਗਿਆ ਵੀ ਸਿੱਖ ਫੋਰ ਜਸਟਿਸ ਦੇ ਜਿਹੜੇ ਆਗੂ ਨੇ ਉਹ ਇੱਥੇ ਆ ਰਹੇ ਨੇ ਜਰਮਨ ਦੇ ਵਿੱਚ ਜਨੇਵਾ ਦੇ ਵਿੱਚ ਜੋ ਪਟੀਸ਼ਨ ਦਾਇਰ ਹੋਣ ਜਾ ਰਹੀ ਆ ਪਹਿਲਾਂ ਤਾਂ ਮਨ ਨੂੰ ਸੁਣ ਕੇ ਬੜੀ ਖੁਸ਼ੀ ਹੋਈ ਕਿਉਂਕਿ ਇੱਕ ਲੀਗਲ ਤਰੀਕੇ ਦੇ ਨਾਲ ਇੱਕ ਬੜੇ ਕਾਨੂੰਨੀ ਤੌਰ 'ਤੇ ਜਿਹੜੀ ਲੜਾਈ ਲੜੀ ਜਾ ਰਹੀ ਆ ਉਸ ਦੇ ਵਿੱਚ ਤਕਰੀਬਨ ਹਰ ਇੱਕ ਬੰਦਾ ਉਸ ਲੜਾਈ ਦੇ ਵਿੱਚ ਸ਼ਾਮਲ ਹੋਣਾ ਵੀ ਚਾਹੁੰਦਾ ਕਿਉਂਕਿ ਇਸ ਦੇ ਵਿੱਚ ਵੀ ਕੋਈ ਇਹੋ ਜਿਹੀ ਐਕਟੀਵਿਟੀ ਨਹੀਂ ਜਿਹਦੇ ਵਿੱਚੋਂ ਤੁਹਾਨੂੰ ਇਹ ਲੱਗੇ ਕਿ ਇੱਥੇ ਮੈਂ ਗਲਤ ਚੱਲ ਰਿਹਾ ਅਸੀਂ ਉਸ ਦਿਨ ਤੋਂ ਇੱਥੇ ਸਲਾਹਾਂ ਕਰਨ ਲੱਗੇ ਸੀਗੇ ਵੀ ਆਪਾਂ ਕਿਸ ਤਰ੍ਹਾਂ ਨਾਲ ਜਾਣਾ ਸੰਗਤਾਂ ਦੇ ਵਿੱਚ ਸਲਾਹਾਂ ਕੀਤੀਆਂ ਅੱਜ ਆਪਾਂ ਨੇ ਕਾਫੀ ਗਿਣਤੀ ਦੇ ਵਿੱਚ ਥੱਲੇ
ਦਸਤਖਤ ਕਰਵਾਏ ਨੇ ਉਸ ਪਟੀਸ਼ਨ ਦੇ ਉੱਤੇ। ਸੰਗਤਾਂ ਨੇ ਬਹੁਤ ਹੀ ਜ਼ਿਆਦਾ ਉਹਦੇ ਵਿੱਚ ਜੋਸ਼ ਦਿਖਾਇਆ, ਬੱਚਿਆਂ ਨੇ, ਨੌਜਵਾਨਾਂ ਨੇ, ਸਾਰਿਆਂ ਨੇ ਬੜੇ ਵਧੀਆ ਤਰੀਕੇ ਦੇ ਨਾਲ ਉੱਥੇ ਟਾਈਮ ਕੱਢ ਕੇ ਆਪਦੇ ਟੈਲੀਫੋਨ ਨੰਬਰ, ਘਰ ਦੇ ਐਡਰੈਸ ਵਗੈਰਾ ਦੇ ਕੇ ਦਸਤਖਤ ਕੀਤੇ ਨੇ। ਅਤੇ ਬਾਕੀ ਰਹੀ ਗੱਲ ਜਿਹੜੀ ਜਨੇਵਾ ਜਾਣ ਦੀ ਆਪਣੀ, ਉਹ ਆਪਾਂ ਕੋਸ਼ਿਸ਼ ਕਰ ਰਹੇ ਹਾਂ ਵੱਧ ਤੋਂ ਵੱਧ ਸੰਗਤਾਂ ਨੂੰ ਲੈ ਕੇ ਉੱਥੇ। ਗੁਰਦੁਆਰਾ ਸਾਹਿਬ ਨੇ ਅਪੀਲਾਂ ਕਰਕੇ ਜੇ ਆਪਣੇ ਕੋਲ ਅਗਲਾ ਹਫ਼ਤਾ ਪਿਆ, ਅੱਜ ਵੀ ਕਾਫ਼ੀ ਲੋਕਾਂ ਨੇ ਆਪਦੇ ਨਾਂ ਦਰਜ ਕਰਾਏ ਨੇ, ਅਤੇ ਕੋਸ਼ਿਸ਼ ਕਰਦੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਜਿੰਨਾ ਵੀ ਹੋ ਸਕੂ ਵੱਧ ਤੋਂ ਵੱਧ ਸੰਗਤ ਨੂੰ ਨਾਲ ਲੈ ਕੇ ਉੱਥੇ ਜਾਈਏ। ਇਹਨਾਂ ਵੀਰਾਂ ਦਾ ਜਿਨ੍ਹਾਂ ਨੇ ਇਸ ਮਕਸਦ ਨੂੰ ਆਪਣੀ ਜ਼ਿੰਦਗੀ ਬਣਾ ਲਿਆ, ਆਪਣੇ ਸਾਰਿਆਂ ਦੀ ਸੋਚ ਨੂੰ ਇਹ ਸੋਚ ਬਣਾ ਕੇ ਤੁਰੇ ਨੇ, ਆਪਣਾ ਫਰਜ਼ ਬਣਦਾ ਵੀ ਇਹਨਾਂ ਦੇ ਹਰ ਤਰੀਕੇ ਦੇ ਨਾਲ ਸਾਥ ਦੇਈਏ। ਅਸੀਂ ਗੁਰਦੁਆਰਾ ਸਿੱਖ ਸੈਂਟਰ ਫਰੈਂਕਫੁਰਟ ਦੀ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਨੂੰ ਅਪੀਲਾਂ ਕਰਾਂਗੇ ਅਤੇ ਆਪ ਵੀ ਸਹਿਯੋਗ ਕਰਾਂਗੇ ਇਹਨਾਂ ਨਾਲ, ਜਿੱਥੋਂ ਤੱਕ ਹੋ ਸਕੂ ਵੱਧ ਤੋਂ ਵੱਧ ਇਹਨੂੰ ਸਹਿਯੋਗ ਦੇਣ ਦੀ ਕੋਸ਼ਿਸ਼ ਕਰਾਂਗੇ ਅਤੇ ਸਹਿਯੋਗ ਦੇਵਾਂਗੇ ਅਤੇ ਵੱਧ ਤੋਂ ਵੱਧ ਜਨੇਵਾ ਦੇ ਵਿੱਚ ਵੀ 1 ਨਵੰਬਰ ਨੂੰ ਅਸੀਂ ਉੱਥੇ ਆਪਦੀ ਹਾਜ਼ਰੀ ਦਵਾਵਾਂਗੇ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਉਂਕਿ ਟਾਈਮ ਦੀ ਸ਼ੋਰਟੇਜ ਹੋਣ ਕਰਕੇ ਕਾਫ਼ੀ ਸੰਗਤਾਂ ਇੱਥੇ ਬੈਠੀਆਂ ਹਨ, ਹੋਰ ਵੀ ਭਗਵੰਤ ਸਾਡੇ ਸੱਜਣ, ਅਤੇ ਆਪਾਂ ਜੇ ਇਹਨਾਂ ਨੂੰ ਮੌਕਾ ਨਹੀਂ ਦੇ ਸਕੇ। ਸੋ ਸਾਰੇ ਸਾਡੇ ਨਾਲ ਹਨ ਅਤੇ ਇਹਨਾਂ ਨੂੰ ਆਇਆਂ ਨੂੰ ਆਪਾਂ ਜੀਆਂ ਕਹਿੰਦੇ ਹੋਏ ਆਪਾਂ ਆਪਣੇ ਤੌਰ ਦੇ ਉੱਤੇ ਵੀ ਜਿੱਥੇ ਇਹ ਆਪਣਾ ਫਰਜ਼ ਅਦਾ ਕਰ ਰਹੇ ਹਾਂ, ਆਪਾਂ ਵੀ ਆਪੋ ਆਪਣਾ ਫਰਜ਼ ਆਪੋ ਆਪਣੇ ਸੋਰਸਾਂ ਰਾਹੀਂ ਕਰਕੇ ਉਸ ਦਿਨ ਨੂੰ ਵੱਧ ਤੋਂ ਵੱਧ ਸੰਗਤਾਂ ਲੈ ਕੇ ਉੱਥੇ ਪਹੁੰਚੀਏ ਅਤੇ ਹੋਰ ਵੀ ਸੁਨੇਹੇ ਦੇਈਏ। ਸਿੱਖ ਟੀਵੀ, ਸਿੱਖ ਮੀਡੀਆ ਟੀਵੀ ਉੱਤੇ ਦੇਖ ਰਹੇ ਸਮੂਹ ਦਰਸ਼ਕਾਂ ਨੂੰ, ਸਾਡੀ ਸਮੁੱਚੇ ਸਿੱਖ ਫੋਰ ਜਸਟਿਸ ਅਤੇ ਹੋਰ ਸਾਰੇ ਸੰਗਤਾਂ ਨੂੰ ਹੱਥ ਜੋੜ ਕੇ ਵਾਹਿਗੁਰੂ ਜੀ ਕਾ ਖਾਲਸਾ।